ਇਹਦਾ ਬਾਲਾ ਵਰਸਜ ਭਲੂਰ ਇਹਨਾਂ ਟੀਮਾਂ ਦਾ ਜਿਹੜਾ ਮੈਚ ਤੁਹਾਡੇ ਸਾਹਮਣੇ ਸ਼ੁਰੂ ਹੋਵੇਗਾ ਦੇਖਣ ਯੋਗ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਅੱਜ ਕਰਵਾਏ ਜਾ ਰਹੇ ਨੇ ਔਰ ਵਧੀਆ ਮੈਚਾਂ ਦੀ ਮੈਂ ਬੇਨਤੀ ਕਰਦਾ ਹਾਂ ਅਗਲੇ ਮੈਚ ਦੇ ਲਈ ਨਿਦਾ ਵਾਲਾ ਵਰਸਜ ਭਲੂਰ ਖੋਸਾ ਕੋਟਲਾ ਤੇ ਔਗੜ ਇਹ ਜਿਹੜੀਆਂ ਟੀਮਾਂ ਨੇ ਤਿਆਰੀ ਖਿੱਚ ਲੈਣ ਖੋਸਾ ਕੋਟਲਾ ਤੇ ਔਗੜ ਨਿਦਾ ਵਾਲਾ ਤੇ ਭਲੂਰ ਲਾਜੀ ਸਮਾਂ ਸਤਨਾਮ ਜੀ ਸਮਾਂ ਪੁੱਛਦੇ ਨੇ ਹੈਲੋ ਉਹ ਸਮਾਂ ਜਿਹੜਾ ਅੱਗੇ ਚੱਲਦਾ ਉਸੇ ਹਿਸਾਬ ਨਾਲ ਹੀ ਚਲਾਈ ਚੱਲੋ ਸਾਡੇ ਰਾਜਪ੍ਰੀਤ ਸਿੰਘ ਜੀ ਕਲੇਰ ਉਹਨਾਂ ਦੀ ਸਮੁੱਚੀ ਜਿਹੜੀ ਫੈਮਿਲੀ ਹੈ ਉਹ ਮੈਚ ਦੇਖ ਰਹੇ ਨੇ ਨੈਟ ਤੇ ਉਹਨਾਂ ਦਾ ਧੰਨਵਾਦ ਹੈ ਸਰਦਾਰ ਬਲਵਿੰਦਰ ਸਿੰਘ ਜੀ ਸਾਬਕਾ ਸਰਪੰਚ ਬੋਲਣ ਤੋਂ ਖੁਸ਼ ਹੋ ਕੇ ਵੱਡਾ ਬਾਣ ਭੇਜਦੇ ਨੇ ਧੰਨਵਾਦ ਹੈ ਲਾ ਦੀ ਸਾਹਮਣੇ ਪਈ ਹੋਈ ਕਬੱਡੀ ਇੱਧਰ ਛਿੰਦੂ ਆਖਦੇ ਨੇ ਬਹੁਤ ਹੀ ਵਧੀਆ ਖਿਡਾਰੀ ਜਨੇਰ ਦੀ ਧਰਤੀ ਦਾ ਵਧੀਆ ਖੇਡ ਦਾ ਮਾਲਕ ਮੇਰੇ ਵੀਰਿਓ ਇਸ ਵਕਤ ਛਿੰਦੂ ਜੱਫਾ ਲਾਉਣ ਦੇ ਵਿੱਚ ਕਾਮਯਾਬ ਹੋ ਗਿਆ ਅਗਲੀ ਕਬੱਡੀ ਚੱਲ ਵੀ ਦਵਿੰਦਰ ਸਾਡਾ ਵੀਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੱਥਾ ਟੇਕਿਆ ਗੱਭਰੂ ਨੇ ਹੱਥ ਜੋੜੇ ਲੱਗਾ ਰੱਬ ਨੂੰ ਧਿਆਉਣ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਧਾਵੀ ਚੱਲੇ ਕਬੱਡੀਆਂ ਪਾਉਣ ਲੋਕੋ ਕਬੱਡੀ ਓਪਨ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਟੀਮਾਂ ਦਾ ਇੰਤਜ਼ਾਰ ਹੋ ਰਿਹਾ ਸੋ ਠੀਕ ਅੱਧੇ ਘੰਟੇ ਤੱਕ ਅਸੀਂ ਟੀਮਾਂ ਐਂਟਰ ਕਰਨੀਆਂ ਨੇ ਕਬੱਡੀ ਓਪਨ ਦੀਆਂ ਅੱਧੇ ਘੰਟੇ ਤੋਂ ਬਾਅਦ ਬਾਈ ਦੀ ਕੋਈ ਇਤਰਾਜ਼ ਨਾ ਕਰੇ ਠੀਕ ਇੱਕ ਵਜੇ ਕਬੱਡੀ ਓਪਨ ਦਾ ਪਹਿਲਾ ਮੈਚ ਜਿਹੜਾ ਇਹਨਾਂ ਗਰਾਊਂਡਾਂ ਦੇ ਵਿੱਚ ਸਟਾਰਟ ਹੋ ਜਾਵੇਗਾ ਇਹ ਨੋਟ ਕਰ ਲਿਓ ਕਬੱਡੀ ਓਪਨ ਦਾ ਪਹਿਲਾ ਮੈਚ 1 ਵਜੇ ਲਾ ਦੀ ਸਾਹਮਣੇ ਇਸ ਵਕਤ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਮੇਰਾ ਸਿਰ ਨਾਵੀ ਹੈ ਮੇਰਾ ਗੋਦੀ ਸੁੱਖਾ ਧਾਲੀਵਾਲ ਆਖਦੇ ਨੇ ਬਾਕੀ ਸੋਹਣੇ ਜੱਫੇ ਦੀ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਜਿਹੜਾ ਇਸ ਵਕਤ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਰਮੜਿਆ ਪਾਪ ਕਬੱਡੀ ਕਹਿੰਦੇ ਨੇ ਵੀ ਬਹੁਤ ਹੀ ਵਧੀਆ ਖਿਡਾਰੀ ਜਨੇਰ ਟੀਮ ਦੇ ਚਾਹੇ ਤਾਰ ਦੀ ਗੱਲ ਕਰੀਏ ਚਾਹੇ ਛਿੰਦੂ ਦੀ ਸੁੱਖੇ ਦੀ ਔਰ ਆਹ ਰੇਡਰ ਦੀ ਗੱਲ ਬਹੁਤ ਹੀ ਵਧੀਆ ਮੈਚ ਹੁੰਦੇ ਨੇ ਔਰ ਦੂਜੇ ਪਾਸੇ ਜੱਫੇ ਦੀਆਂ ਗੱਲਾਂ ਦੇ ਹੱਥ ਕਬੱਡੀ ਯਾਰਾਂ ਦੀ ਇਹ ਖੇਡ ਭੱਡੇ ਸਰਦਾਰਾਂ ਦੀ ਇਹ ਸਰਦਾਰਾਂ ਦੀ ਮਾਂ ਖੇਡ ਹੈ ਵੀਰੇ ਵੀਰੇ ਜਿਹਨੂੰ ਬੜਾ ਉੱਚਾ ਤੇ ਸੁੱਚਾ ਰੁਤਬਾ ਮਿਲਿਆ ਮੈਂ ਦੱਸ ਦੇਵਾਂ ਵੀ ਜਿੰਨੇ ਨੈੱਟ ਤੇ ਬੈਠੇ ਨੇ ਕਈਆਂ ਨੂੰ ਪਤਾ ਨਹੀਂ ਲੱਗਦਾ ਵੈਬਸਾਈਟ ਕਿਵੇਂ ਖੋਲਣੀ ਹੈ ਜਾਂ ਸਾਡੇ ਸੱਜੇ ਪੱਤਰ ਇੱਕ ਦੂਜੇ ਨੂੰ ਜ਼ਰੂਰ ਦੱਸ ਦੇਣ ਕਿ ਪੰਜਾਬ ਲਾਈਵ 1.com ਤੇ ਤੁਸੀਂ ਇਹ ਕਲਿੱਕ ਕਰਕੇ ਅੱਜ ਦਾ ਇਹ ਖੋਸੇ ਕੋਟਲੇ ਦਾ ਖੇਡ ਮੇਲਾ ਤੁਸੀਂ ਦੇਖ ਸਕਦੇ ਹੋ ਇਹ ਪ੍ਰਧਾਨ ਸਾਹਿਬ ਵੱਲੋਂ ਬੇਨਤੀ ਹੈ ਨਿਰਮਲ ਸਿੰਘ ਜੀ ਕਲੇਰ ਸਾਹਿਬ ਵੱਲੋਂ ਔਰ ਸਾਰਿਆਂ ਦਾ ਧੰਨਵਾਦ ਹੈ ਨਾਲ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਦੇ ਘਰ ਅਸੀਂ ਅਗਰਾਈ ਗਏ ਹੈ ਸਾਨੂੰ ਪਿਆਰ ਦਿੱਤਾ ਸਤਿਕਾਰ ਦਿੱਤਾ ਹੈ ਖਿੜੇ ਮੱਥੇ ਮਿਲੇ ਨੇ ਚਾਹੇ ਸਾਡੇ ਅਨੁਸੂਚਿਤ ਜਾਤੀ ਵਾਲੇ ਸਾਡੇ ਵੀਰ ਸਾਡੇ ਗਰੀਬ ਸੰਤਾਂ ਜਿਨ੍ਹਾਂ ਨੇ ਸਾਨੂੰ 10, 50, 100 ਰੁਪਈਆ ਵੀ ਦਿੱਤਾ ਹੈ ਸਾਡੀ ਸਮੁੱਚੀ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜਿੰਨੀ ਸ਼ਰਧਾ ਉਹਨੇ ਸਾਨੂੰ ਮਾਇਆ ਦੇ ਗੱਫੇ ਮਿਲੇ ਨੇ ਔਰ ਹਜ਼ਾਰਾਂ ਦੀ ਵੀ ਗੱਲ ਹੋਈ ਹੈ ਸਾਰੇ ਦਾਨੀ ਸੱਜਣਾਂ ਦਾ ਸਾਡੀ ਕਲੱਬ ਵੱਲੋਂ ਔਰ ਸਾਡੇ ਪ੍ਰਧਾਨ ਸਾਹਿਬ ਨਿਰਮਲ ਸਿੰਘ ਜੀ ਕਲੇਰ ਸਾਹਿਬ ਸਤਨਾਮ ਸਿੰਘ ਜੀ ਆਗਿਆ ਸਾਹਿਬ ਔਰ ਸਮੁੱਚੀ ਆਰਗਨਾਈਜ਼ਰ ਵੱਲੋਂ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਹੈ ਕੈਮਰਾਮੈਨ ਫੋਟੋ ਵਾਲਾ ਪ੍ਰੀਤ ਆ ਜੇ ਜਾਂ ਦੂਸਰਾ ਫਰੈਂਡ ਮੇਰਾ ਵੀਰ ਉਹਨਾਂ ਨੂੰ ਬੁਲਾਇਆ ਜਾ ਰਿਹਾ ਕੈਮਰਾਮੈਨ ਨੂੰ ਕੈਮਰਾਮੈਨ ਲਾ ਦੀ ਸਾਹਮਣੇ ਛਿੰਦੂ ਜੱਫਾ ਲਾ ਦਿੱਤੇ ਗੱਲ ਵੀ ਇਹ ਸਜਾਬੀ ਨੇ ਬਹੁਤ ਹੀ ਵਧੀਆ ਜੱਫੇ ਲਾਏ ਸਨ ਨਿਦਾ ਵਾਲਾ ਤੇ ਭਲੂਰ ਬਾਈ ਦੀ
ਨਿਧਾ ਵਾਲਾ ਤੇ ਭਲੂਰ ਦੀਆਂ ਜਿਹੜੀਆਂ ਟੀਮਾਂ ਨੇ ਇਹ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਨਿਧਾ ਵਾਲਾ ਤੇ ਭਲੂਰ ਅਗਲੀ ਕਬੱਡੀ ਜਨੇਰ ਦੀ ਤਰ੍ਹਾਂ ਅਮਨ ਕਬੱਡੀ ਕਬੱਡੀ ਕਰਦਾ ਹੋਇਆ ਕਹਿੰਦੇ ਮੰਗ ਤੇ ਦੁਆਵਾਂ ਜਿਹੜੇ ਯਾਰਾਂ ਦੇ ਲਈ ਉਹੀ ਅਣ ਖੜਦੇ ਭਰਾਵਾਂ ਦੇ ਲਈ। ਬੇਈਮਾਨੀ ਸਦਾ ਨਹੀਂ ਉਹ ਕਰਦੀ ਚੜ੍ਹਾਈ, ਇਮਾਨਦਾਰੀ ਸਦਾ ਹੀ ਜਿਉਂਦੀ ਰਹਿੰਦੀ ਹੈ। ਤੱਕਦੇ ਨੇ ਕਰ ਸਾਰੇ ਬੰਦ ਮੁੱਠੀਆਂ, ਜਦ ਕਹਿੰਦੇ ਜਨੇਰ ਵਾਲੇ ਅਮਨੇ ਦੀ ਸੁਖਿਆ ਰੇਡ ਪੈਂਦੀ ਹੈ, ਜਦ ਜਨੇਰ ਵਾਲੇ ਚੋਪੜ ਦੀ ਰੇਡ ਪੈਂਦੀ ਹੈ। ਸੋ ਰੈਫਰੀ ਨਾਲ ਜਿਹੜਾ ਕਿੰਤੂ ਪ੍ਰੰਤੂ ਕਰੂਗਾ, ਸਾਡੇ ਕਲੱਬ ਦਾ ਫੈਸਲਾ, ਪ੍ਰਧਾਨ ਸਾਹਿਬ ਵੱਲੋਂ ਵੀ ਬੇਨਤੀ ਹੈ ਵੀ ਉਹ ਖਿਡਾਰੀ ਨੂੰ ਬਾਹਰ ਪਾ ਦਿੱਤਾ ਜਾਵੇਗਾ, ਇਹ ਫੈਸਲਾ ਹੈ। ਸੋ ਇੰਨੀ ਕੁ ਬੇਨਤੀ ਨੂੰ ਪ੍ਰਵਾਨ ਕਰੋ ਜਿਹੜਾ ਸਾਡੇ ਰੈਫਰੀ ਨਾਲ ਕਿੰਤੂ ਪ੍ਰੰਤੂ ਕਰੇਗਾ। ਆ ਕਿਸੇ ਵੀ ਖਿਡਾਰੀ ਨੇ ਰੈਫਰੀ ਨਾਲ ਕੋਈ ਵੀ ਕਿੰਤੂ ਪ੍ਰੰਤੂ ਨਾ ਕਰੇ, ਔਰ ਨਾਲ ਹੀ ਸਾਡੇ ਸਰਦਾਰ ਨਿਰੰਗ ਸਿੰਘ ਜੀ ਮਾਸਟਰ ਖੋਸਾ ਜਲਾਲ ਤੋਂ ਉਹ ਸਾਡੇ ਇਸ ਟੂਰਨਾਮੈਂਟ ਦੇ ਵਿੱਚ ਪਹੁੰਚੇ ਆ, ਉਹਨਾਂ ਨੂੰ ਅਸੀਂ ਇੱਥੇ ਆਇਆ ਜੀ ਆਇਆ ਕਹਿੰਦੇ ਹਾਂ। ਨਾਲ ਹੀ ਉਹ ਸਾਨੂੰ 1000 ਰੁਪਈਏ ਦਾ ਦਾਨ ਦਿੰਦੇ ਆ, ਅਸੀਂ ਮਾਸਟਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਖਿਡਾਰੀ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਉਹ ਮੈਚ ਨੂੰ ਚਲਾਉਣ। ਲਓ ਜੀ, ਨਿਧਾ ਵਾਲਾ ਤੇ ਭਲੂਰ, ਖੁਸਾ ਕੋਟਲਾ ਤੇ ਔਗੜ, ਇਹ ਟੀਮਾਂ ਤਿਆਰੀ ਖਿੱਚ ਲੈਣ। ਨਿਧਾ ਵਾਲਾ ਤੇ ਭਲੂਰ, ਖੁਸਾ ਕੋਟਲਾ ਤੇ ਔਗੜ। ਲਓ ਜੀ, ਨਿਧਾ ਵਾਲਾ ਤੇ ਭਲੂਰ, ਨਿਧਾ ਵਾਲਾ ਜੀ। ਲਓ ਜੀ, ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਸ਼ਿਰਕਤ ਕਰ ਰਹੀਆਂ ਨੇ, ਔਰ ਦੂਜੇ ਪਾਸੇ ਦੇਖ ਰਹੇ ਵੀ ਛਿੰਦੂ ਜੱਫੇ ਤੇ ਜੱਫਾ ਲਾਉਂਦਾ, ਕਿਸੇ ਤੋਂ ਘੱਟ ਨਹੀਂ ਕਹਾਉਂਦਾ, ਇਹ ਛਿੰਦੂ ਜਨੇਰ ਵਾਲਾ। ਬਾਕੀ ਵਧੀਆ ਮੈਚ ਹੁੰਦੇ ਨੇ, ਜਨੇਰ ਪਿੰਡ ਭਾਗਾ ਵਾਲਾ ਹੈ, ਜਿੱਥੇ ਪਿੰਡ ਦਾ ਮੈਚ ਹੁੰਦਾ ਹੀ ਹੈ, ਪਰ ਰੱਜੀ ਵਾਲੇ ਉਹ ਵੀ ਖੇਡ ਮੇਲਾ ਜਿਹੜਾ ਜਨੇਰ ਦੇ ਸਕੂਲ ਦੀਆਂ ਗਰਾਊਂਡਾਂ 'ਚ ਕਰਵਾਉਂਦੇ ਨੇ। ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਸਿੰਘ ਜ ਕਿੰਗ, ਔਰ ਜੱਫੇ ਦੀ ਕੋਸ਼ਿਸ਼ ਕੀਤੀ ਫੜਿਆ ਹੋਇਆ ਗੁੱਟ, ਵਾਪਸ ਜਿਹੜਾ ਨਹੀਂ ਰੀਸਾ। ਇੱਕ ਪਾਸੇ ਕਹਿੰਦੇ ਨੇ ਵੀ ਇਹ ਸੋਹਣੇ ਮੈਚ ਜਿਹੜੇ ਖੇਡੇ ਜਾ ਰਹੇ ਨੇ ਜਨੇਰ, ਔਰ ਦੂਜੇ ਪਾਸੇ ਇਹ ਸ਼ੂਸ਼ਕ ਦੇ ਖਿਡਾਰੀ ਜਿੱਥੋਂ ਦੇ ਸੁੱਖੇ ਵਰਗੇ, ਜਿੱਥੋਂ ਦੇ ਬਲਜੀਤ ਵਰਗੇ, ਧੋਨੀ ਵਰਗੇ, ਲੱਕੀ ਵਰਗੇ ਸੋਹਣੀ ਖੇਡ ਖੇਡਦੇ ਨੇ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਾਧਾ ਹੋਇਆ ਮੱਥਾ ਟੇਕਦਾ ਖਿਡਾਰੀ। ਕਾਕਿਆਂ ਕੁਲਦੀਪ ਸਿੰਘ ਕਾਕਾ ਤੇ ਕਾਕਾ ਸਾਡਾ ਵੀਰ ਤੇ ਮੰਦਰ, ਇਹਨਾਂ ਵੱਲੋਂ ਰੱਜੀ ਵਾਲੀ ਨਿੱਕੇ ਦਾ ਵੀ ਅੱਜ ਸਨਮਾਨਿਤ ਹੋਣਾ ਹੈ, ਉਹਦਾ ਵੀ ਧੰਨਵਾਦ ਹੈ। ਲਾ ਜੀ, ਸਾਹਮਣੇ ਫਿਰ ਕਬੱਡੀ ਪੈਣੀ ਸ਼ੁਰੂ ਹੋ ਗਈ ਹੈ। ਮੱਥਾ ਟੇਕਦਾ ਹੋਇਆ ਹੱਥਾਂ ਨੂੰ ਲਾਈ ਕਲੀ ਤੇ ਕਰੇ ਮੌਲਾ ਭਲੀ ਸਾਡੀ ਰੇਟ ਤੇ ਚੱਲੀਏ। ਜਵਾਨੀ ਇਸ਼ਾਰਾ ਮਾਰਦੀ ਹੈ, ਕਹਿੰਦੇ ਨਿਆਉ ਕੇ ਰਹਿਣਾ ਹੱਥ ਗੁਰੂ ਦੀ ਮਿਹਰ ਦਾ ਚਾਹੀਦਾ, ਕਰਨੀ ਹੈ ਬਦਮਾਸ਼ੀ ਤਾਂ ਸ਼ੇਰ ਦਾ ਚਾਹੀਦਾ, ਖੇਡਣੀ ਹੋਵੇ ਕਬੱਡੀ ਕੋਚ ਦੀ ਝਟਕ ਜ਼ਰੂਰੀ ਹੈ, ਪਿਆਰ ਪਾਉਣ ਤੋਂ ਪਹਿਲਾਂ ਸੁਖਿਆ ਯਾਰ ਦੀ ਪਰਖ ਜ਼ਰੂਰੀ ਹੈ, ਪਿਆਰ ਪਾਉਣ ਤੋਂ ਪਹਿਲਾਂ ਸੁਖਿਆ ਯਾਰ ਦੀ ਪਰਖ ਜ਼ਰੂਰੀ ਹੈ। ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਬਹੁਤ ਹੀ ਵਧੀਆ ਖਿਡਾਰੀ, ਟੀਲੀ ਤੋਂ ਲੌਂਗ, ਲੌਂਗ ਤੋਂ ਕੋਕਾ ਬਣਦਾ, ਸੀਟ ਤੋਂ ਖੁੱਡ, ਖੁੱਡ ਤੋਂ ਮੋਗਾ ਬਣਦਾ, ਇਵੇਂ ਤਰ੍ਹਾਂ 70 ਤੋਂ ਓਪਨ, ਓਪਨ ਤੋਂ ਅਕੈਡਮੀਆਂ 'ਚ ਜਾਣਾ ਹੈ। ਛਿੰਦੂ ਜਲਾਲਾਬਾਦੀ ਆ, ਵਾਹ ਸੱਜਣ ਅਵਤਾਰ ਸਾਡਾ ਵੀਰ ਜਲਾਲਾਬਾਦੀ, ਰਾਣਾ ਪ੍ਰਧਾਨ ਮੇਰੇ ਵੀਰ ਸੈਯਦ ਕਲੱਬ ਵਾਲੇ ਮਾਰ ਕਰਦੇ ਨੇ ਆਪਣੀ ਇਸ ਟੀਮ ਤੇ। ਸਾਹਮਣੇ ਫਿਰ ਕਬੱਡੀ ਪੈਂਦੀ ਹੋਈ, ਨਾਲ ਹੀ ਸਾਡੇ ਚਮਕੌਰ ਸਿੰਘ ਜੀ ਕਾਰਾ ਜਨੇਰ ਵਾਲਾ ਵੀ ਪਹੁੰਚਿਆ, ਧੰਨਵਾਦ ਹੈ ਕਲੱਬ ਵੱਲੋਂ ਨਿਰਮਲ ਸਿੰਘ ਜੀ ਪ੍ਰਧਾਨ ਦੀ ਤਰਫੋਂ।
सामने पई हुई कबड्डी तीन खिलाड़ी ने अज जनेर का जरा मैच देखने वाला सुखा धालीवाल परिवार का वीर जफा लाने की कोशिश करता हुए पर पॉइंट रेडर के हिस्से जुड़ता हुआ गोल जिहे तैरे हदे दोने दिसदे चढ़ जाता चा जद खिलाड़ी हसदे मैं जावा बलहारे दिना काटे की कड़ी है खेडनी कबड्डी असा खेडनी कबड्डी है लादी सामने पैंदी हुई कबड्डी है नाल ही मैं दस देव भी साडे लादी सरदार बलविंदर सिंह जी और नाल सेवक सिंह जी सरदार गुरसेव सिंह जी प्रधान ते सरदार बलविंदर सिंह जी जनेर वाले छिंदू दे लई 700 रुपया भेजदे ने यह 200 रुपया छिंदू तेरा साडे बलविंदर सिंह जी ते सरदार गुरसेव सिंह जी प्रधान साहब ये साडे दरम्यान पहुंचदा कर गए ने बहुत बहुत मेहरबानी इन्हां सारे दानी सज्जणां दी जिथे इन्होंने क्लब नूं भी मान के गफ्फे दिते ने सामने पांदा होया कबड्डी लादी लादी अगलिया जड़िया टीम ने तैयारी खिंच लैन साडा बोठा वीर बोलों तो खुश होके बहुत सारा माण भेजता है मेरे लिए अमरीक खोसे के लिए बहुत बहुत धन्यवाद है भाई बोठे का लादी तार ने जरा जप्पा ला दिता है नाल ही साडे सत्कारयोग प्रधान सिंह जी प्रधान निर्मल सिंह जी कलेर साहब उन्होंने दसिया भी साडे सतनाम सिंह जी कलेर कनेडा इस वक्त नेट से जुड़े हुए ने बैठे मैच देख रहे ने जसवीर सिंह जी सीरा कनेडा सरी शहर के साडे जिहड़े इस नगर के सज्जन ने सोरे मैच देख रहे ने और नाल ही धन्यवाद है राजू निर्मल लखा साडा वीर जिन्हां ने 70 किलो का जिहड़ा पहला इनाम दिता है और अगले साल इस तो भी वध असीं आस करते हैं कि ओपन का जिहड़ा नाम होवेगा असीं फखर दे नाल कहने हैं राजू निर्मल लखा ये एप स्पोर्ट शहर च रहिंदे ने मैच देख रहे ने और समुचे यारां दोस्तां दे नाल बैठे ने सो साडी क्लब वल्लों साडे प्रधान साहब निर्मल सिंह जी कलेर साहब और सरपंच सरदार सुखमंदर सिंह जी तरफों समुचे यारां दोस्तां दा इस पिंड दे नौजवानां दा बहुत बहुत धन्यवाद जिहड़े नेट ते बैठे मैच देख रहे ने नाल ही इंदरजीत हैप्पी ते पम्मा ये भी कनेडा तो लाइव देख रहे ने क्योंकि पंजाब लाइव वन दे राही ये अज दा खेड मेला चल रहा है रविंदर सिंह कनेडा ये भी मैच देख रहे ने नेट ते हरदीप मनीला साडे तूर साहब सतनाम सिंह जी दे ब्रदर मैच देख रहे ने धन्यवाद है गुरप्रीत सिंह जी आस्ट्रेलिया वह भी साडे वीर नेट ते जिहड़ा इन्हां मैचां दा आनंद माणदे ने गुरमीत दुबई वाला साडा वीर सेवा सिंह कनेडा इन्हां दा भी बहुत बहुत धन्यवाद है बहुत बहुत मेहरबानी लाल जी नाल ही प्रदीप सिंह खोसा टूर दुबई तो इंटरनेट ते मैच देख रहे हैं स्वर्गवासी राजप्रीत सिंह कलेर का समुचा परिवार मैच देख रहे हैं मेरे वीर नेट से असी उन्होंने भी धन्यवाद करते हैं प्रदीप ते हैप्पी दे चाचा जी भी नेट से जुड़े हुए हैं बहुत बहुत मेहरबानी जेड़े वीर विदेशों के
ਕਿਸੇ ਮੁਲਕ ਦੇ ਵਿੱਚ ਰਾਤ ਹੈ, ਕਿਸੇ ਦੇ ਵਿੱਚ ਸ਼ਾਮਾਂ ਦਾ ਵੇਲਾ ਹੈ, ਹਰ ਕਿਸੇ ਮੁਲਕ ਦੇ ਵਿੱਚ ਸੇਮ ਟੂ ਸੇਮ ਮਨੀਲਾ ਦਾ ਸ਼ਹਿਰ ਮੇਰੇ ਵੀਰੋ ਜਿੱਥੇ ਇੱਕ ਅੱਧੇ ਘੰਟੇ ਦਾ ਫਰਕ ਹੋਵੇਗਾ। ਪੂਰੀ ਮਨੀਲਾ ਜ਼ਿਆਦਾਤਰ ਮੈਚ ਨੈੱਟ ਤੇ ਜ਼ਿਆਦਾ ਦੇਖਦੀ ਹੈ। ਨਾਲ ਦੀ ਅਗਲਾ ਜਿਹੜਾ ਮੈਚ ਹੈ ਉਹ ਟੀਮ ਜਲਦੀ ਤੋਂ ਜਲਦੀ, ਮੈਂ ਪਹਿਲਾਂ ਵੀ ਦੱਸਿਆ ਹੈ, ਪਹੁੰਚ ਚੁੱਕੀ ਹੈ ਗਿਆਨੀ 200 ਰੁਪਇਆ ਆਪਣਾ ਲੈ ਜੀ। ਸਰਦਾਰ ਬਲਵਿੰਦਰ ਸਿੰਘ ਜੀ, ਆ ਸਰਦਾਰ ਗੁਰਸੇਵ ਸਿੰਘ ਜੀ ਪ੍ਰਧਾਨ ਸਾਹਿਬ, ਇਹ 700 ਰੁਪਇਆ ਛਿੰਦੂ ਦੇ ਲਈ ਹੈ। ਨਿਦਾ ਵਾਲਾ ਤੇ ਪਲੂਰ, ਕੋਸਾ ਕੋਟਲਾ ਤੇ ਆਉਗੜ, ਇਹ ਵੀ ਟੀਮਾਂ ਤਿਆਰੀ ਖਿੱਚ ਲੈਣ। ਲਓ ਜੀ, ਬਹੁਤ ਹੀ ਸੋਹਣੇ ਮੈਚ ਜਿਹੜੇ ਖੇਡੇ ਜਾ ਰਹੇ ਨੇ। ਇਹ ਜਿਹੜਾ ਇੱਕ ਨਿੱਤ ਹੈ ਮੇਰੇ ਵੀਰੋ, ਖਿਡਾਰੀਆਂ ਦੇ ਲਈ ਬੜਾ ਹੀ ਲਾਹੇਵੰਦ ਹੈ। ਪਹਿਲਾਂ ਕੋਈ ਖੇਡ ਪ੍ਰਮੋਟਰ ਆਇਆ ਕਰਦਾ ਸੀ ਤੇ ਵਿੱਚ ਗਰਾਊਂਡ ਦੇ ਆਪਣੀ ਅੱਖਾਂ ਦੇ ਨਾਲ ਲਾਈਵ ਦੇਖਦਾ ਸੀ, ਜਿਹੜਾ ਵਧੀਆ ਖੇਡਦਾ ਸੀ ਉਹਦੇ ਲਈ ਮੇਰੇ ਵੀਰੋ ਕੋਸ਼ਿਸ਼ ਕਰਦੇ ਸਨ ਕਿ ਖਿਡਾਰੀ ਨੂੰ ਕੈਨੇਡਾ ਜਾਂ ਅਮਰੀਕਾ ਜਾਂ ਯੂਕੇ ਦਾ ਝੂਟਾ ਦਵਾਇਆ ਜਾਵੇ, ਪਰ ਇਹ ਉਹ ਪ੍ਰਮੋਟਰ ਦੇ ਆਉਣ ਤੇ ਡਿਪੈਂਡ ਹੁੰਦਾ ਸੀ। ਸੋ ਜਿਹਦੇ ਨਾਲ ਉਹਦਾ ਪਿਆਰ ਹੈ ਜਾਂ ਜਿਹਦੀ ਸਿਫਾਰਿਸ਼ ਪੈ ਜਾਂਦੀ ਸੀ ਉਹਨੂੰ ਉਹਦੀ ਮੰਨਣੀ ਪੈਂਦੀ ਸੀ। ਪਰ ਇਹ ਜਿਹੜਾ ਨਿੱਤ ਹੈ, ਇੱਥੇ ਸਾਡੇ ਸਾਰੇ ਪ੍ਰਮੋਟਰ ਬੈਠੇ ਮੈਚ ਦੇਖ ਰਹੇ ਨੇ, ਬਾਈ ਦੀ ਬੇਨਤੀ ਹੈ ਜਿਹੜਾ ਰੈਫਰੀਆਂ ਦੇ ਕੋਈ ਕਿੰਤੂ ਪ੍ਰੰਤੂ ਕਰਦਾ ਹੈ ਨਾ, ਉਹ ਖਿਡਾਰੀ ਨੂੰ ਪਾਸੇ ਭਾ ਦਿੱਤਾ ਜਾਣਾ ਹੈ, ਜੇ ਫਿਰ ਨਾ ਸਾਡੇ ਤੱਕ ਟੀਮ ਕੱਟ ਦਿੱਤੀ ਜਾਣੀ ਹੈ। ਇਹ ਨੋਟ ਕਰ ਲਓ ਜੀ। ਲਓ ਜੀ, ਨਾਲ ਹੀ ਸਾਡੇ ਪ੍ਰਧਾਨ ਸਾਹਿਬ ਜੀ ਦੱਸਦੇ ਨੇ ਕਿ ਬੀਬੀ ਪਰਮਜੀਤ ਕੌਰ ਜੀ ਗੁਲਸ਼ਨ, ਸਾਡੇ ਇਲਾਕੇ ਦੇ MP, ਹਲਕੇ ਦੇ MP ਵਿਸ਼ੇਸ਼ ਤੌਰ ਤੇ ਪਹੁੰਚਣ ਵਾਲੇ ਨੇ, ਜਿਨ੍ਹਾਂ ਦਾ ਸਾਨੂੰ ਬੜੀ ਹੀ ਬੇਸਬਰੀ ਦੇ ਨਾਲ ਜਿਹੜਾ ਇੰਤਜ਼ਾਰ ਹੈ। ਨਾਲ ਹੀ ਮੈਂ ਪੰਜਾਬ ਲਾਈਵ ਵਨ ਵਾਲੇ ਨੂੰ ਬੇਨਤੀ ਕਰਦਾ, ਮਾੜਾ ਜਿਹਾ ਕੈਮਰਾ ਘੁਮਾਈ ਜ਼ਰੂਰੀ ਹੈ। ਸਾਡੇ ਗੁਰਪ੍ਰੀਤ ਸਿੰਘ ਜੀ, ਸਨ ਆਫ ਸੁਖਮੰਦਰ ਸਿੰਘ ਜੀ ਕੈਨੇਡਾ ਤੋਂ ਜਿਹੜੇ ਮੈਚ ਦੇਖ ਰਹੇ ਨੇ, ਸਮੁੱਚੇ ਚਾਹੇ ਸਤਨਾਮ ਸਿੰਘ ਕਲੇਰ ਕੈਨੇਡਾ, ਚਾਹੇ ਬਿੰਦਰ ਸਿੰਘ ਮਨੀਲਾ, ਚਾਹੇ ਜਸਵੀਰ ਸਿੰਘ ਸੀਰਾ ਕੈਨੇਡਾ, ਰਾਜੂ ਨਿਰਮਲ ਲੱਖਾ, ਇੰਦਰਜੀਤ ਹੈਪੀ ਪੰਮਾ ਕੈਨੇਡਾ ਤੋਂ ਹੈ, ਰਵਿੰਦਰ ਸਿੰਘ ਕੈਨੇਡਾ ਤੋਂ ਹੈ, ਹਰਦੀਪ ਮਨੀਲਾ ਤੋਂ, ਗੁਰਪ੍ਰੀਤ ਆਸਟ੍ਰੇਲੀਆ ਤੋਂ, ਗੁਰਪ੍ਰੀਤ ਦੁਬਈ ਤੋਂ, ਸੇਵਾ ਸਿੰਘ ਕੈਨੇਡਾ, ਕੁਲਵਿੰਦਰ ਸਿੰਘ ਤੂਰ, ਨਾਲ ਹੀ ਪ੍ਰਦੀਪ ਖੋਸਾ ਦੁਬਈ ਤੋਂ, ਸਵਰਗਵਾਸੀ ਰਾਜਪ੍ਰੀਤ ਕਲੇਰ ਦਾ ਪਰਿਵਾਰ, ਸਾਰਿਆਂ ਨੂੰ ਮੇਰੀ ਬੇਨਤੀ ਹੈ ਕਲੱਬ ਵੱਲੋਂ ਵੀ ਮੈਂ ਹਰ ਖੇਡ ਮੇਲੇ ਤੇ ਜਾਂਦਾ ਹੈ, ਬੜਾ ਮਾਣ ਮਿਲਦਾ ਹੈ। ਪਰ ਮੈਂ ਤੁਹਾਨੂੰ ਦੱਸ ਦੇਵਾਂ ਵੀ ਸ਼ਾਇਦ ਹੀ ਕੋਈ ਖੇਡ ਮੇਲਾ ਹੋਵੇ, ਮੈਂ ਪਿਛਲੇ ਸਾਲ ਵੀ ਇੱਥੇ ਦੇਖਿਆ, ਇੱਕ ਖੋਸਿਆਂ ਦਾ ਟੂਰਨਾਮੈਂਟ ਅਧੂਰਾ ਰਹਿ ਜਾਂਦਾ ਹੈ, ਕਿਉਂਕਿ ਹਰ ਖੇਡ ਮੇਲੇ ਤੇ ਜਦੋਂ ਨੈੱਟ ਲਾਈਦਾ, ਨੈੱਟ ਆਪਾਂ ਲਾਉਂਦੇ ਹਾਂ ਤੁਹਾਡੇ NRI ਵੀਰਾਂ ਵਾਸਤੇ। ਸੋ ਤੁਸੀਂ ਸਾਨੂੰ ਮਾਇਆ ਦਿੰਦੇ ਹੋ, ਅਸੀਂ ਤੁਹਾਡੇ ਲਈ ਨੈੱਟ ਲਾਉਂਦੇ ਹਾਂ, ਇਹ ਮੈਚ ਦਿਖਾਏ ਜਾਂਦੇ ਹੈ, ਔਰ ਪਿੰਡ ਦੀਆਂ ਇਹ ਭਾਂਤ ਭਾਂਤ ਦੇ ਸੱਜਣ ਹੈ, ਕੋਈ ਕਲਾਸ ਫੈਲੋ ਨੇ, ਕੋਈ ਹਮ ਸਫ਼ਰ ਨੇ, ਸਾਰੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਪਰ ਅਗਲੇ ਸਾਲ ਦੇ ਲਈ ਇਹ ਜਿਹੜਾ ਖੇਡ ਮੇਲਾ ਇਸੇ ਤਰ੍ਹਾਂ ਹੁੰਦਾ ਰਹੇ, ਇਹਦੇ ਲਈ ਕੋਈ ਵੀ ਸੱਜਣ ਤੁਹਾਡਾ ਨਹੀਂ ਆਉਂਦਾ, ਬੇਸ਼ੱਕ ਪ੍ਰਬੰਧ ਕਮੇਟੀ ਰੈਫਰੀ ਸਭਾ ਨੂੰ ਬੇਨਤੀ ਆ ਕਿ ਰੈਫਰੀ ਡਬਲ ਲਾ ਦਿਓ, ਇੱਕ ਪਿਛਲੀ ਲਾਈਨ ਤੇ ਲਾਓ। ਆ 200 ਰੁਪਇਆ ਆਪਣਾ ਛਿੰਦੂ ਜ਼ਰੂਰ ਲੈ ਕੇ ਜਾਵੀ। ਨੈੱਟ ਵਾਲੇ ਵੀਰ ਜਿਹੜੇ ਮੈਚ ਦੇਖਦੇ ਉਹਨਾਂ ਨੂੰ ਬੇਨਤੀ ਹੈ ਵੀ ਅਗਲੇ ਸਾਲ ਦੇ ਲਈ ਕੌਣ ਪਹਿਲਾ ਇਨਾਮ ਦੇਵੇਗਾ, ਚਾਹੇ ਓਪਨ ਦਾ ਹੋਵੇਗਾ, ਚਾਹੇ 70 ਕਿਲੋ ਦਾ ਹੋਵੇਗਾ, ਚਾਹੇ ਕੋਈ 62 ਕਿਲੋ ਦਾ ਹੋਵੇਗਾ। ਜੇ ਕੋਈ ਨੈੱਟ ਤੇ ਬੈਠਾ ਸਾਨੂੰ ਹੁਣੇ ਫੋਨ ਕਰਕੇ ਦੱਸੇਗਾ, ਉਸ ਦਾ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ ਅਗਲੇ ਸਾਲ ਕਲੱਬ ਵੱਲੋਂ, ਚਾਹੇ ਉਹ ਆਪ ਨਹੀਂ ਆਉਂਦਾ, ਉਹਦੇ ਪਰਿਵਾਰਕ ਮੈਂਬਰ ਦਾ ਹੋਵੇਗਾ। ਕਿਉਂਕਿ ਇੱਕ ਬੰਦਾ ਜੇ ਸ਼ੁਰੂਆਤ ਕਰ ਦੇਵੇ ਨਾ ਤੇ ਖੇਡ ਮੇਲਾ ਮੇਰੇ ਵੀਰੋ ਅਗਲੇ ਸਾਲ ਦੇ ਲਈ ਤਿਆਰ ਹੋ ਜਾਂਦਾ। ਸੋ ਜਿੰਨੇ ਵੀ ਵੀਰ ਮੇਰੇ ਨੈੱਟ ਤੇ ਬੈਠੇ ਨੇ, ਮੈਂ ਬੜੇ ਆਸ ਦੇ ਨਾਲ ਕਹਿ ਸਕਦਾ
ਵੀ ਫੋਨ ਕੋਈ ਨਾ ਕੋਈ ਜ਼ਰੂਰ ਕਰੇਗਾ, ਜ਼ਰੂਰ ਮੇਰੇ ਵੀਰੋ, ਚਾਹੇ 70 ਕਿਲੋ ਦਾ ਨਾਮ ਹੋਵੇ ਚਾਹੇ ਓਪਨ ਦਾ ਹੋਵੇ। ਵੈਸੇ ਤਾਂ ਕੈਨੇਡਾ ਵਾਲੇ ਬੈਠੇ ਨੇ ਕੋਈ 41,000 52,000 31,000 ਦੀ ਕੋਈ ਗੱਲ ਨਹੀਂ ਹੁੰਦੀ ਕੈਨੇਡਾ ਵਾਲਿਆਂ ਵਾਸਤੇ। ਜੱਟ ਨੂੰ ਤਾਂ ਕਿੱਲੇ ਚੋਂ ਝੋਨਾ ਕੱਢਣ ਲਈ ਬਹੁਤ ਧੰਦ ਪਿੱਟਣਾ ਪੈਂਦਾ, ਪਰ ਤੁਹਾਡੇ ਲਈ ਬਾਈ ਬੇਰ ਵੀ ਖਾ ਲੈਂਦੇ ਹੋ, ਪੈਸੇ ਵੀ ਕਮਾ ਲੈਂਦੇ ਹੋ। ਸੋ ਵੱਧ ਤੋਂ ਵੱਧ ਬਾਈ ਜੀ ਸਹਿਯੋਗ ਦਿਓ ਇਸ ਖੇਡ ਮੇਲੇ ਦੇ ਲਈ। ਸਾਡੇ ਬਾਬੀ ਤੇ ਕਮਲ ਉਹ ਵੀ ਨੈੱਟ ਤੇ ਬੈਠੇ ਮੈਚ ਦੇਖ ਰਹੇ ਨੇ, ਸਾਡੇ ਵੀਰ ਗੁਰਜੰਟ ਸਿੰਘ ਜੀ ਜੰਟ ਯੂਕੇ ਵਿਸ਼ੇਸ਼ ਤੌਰ ਤੇ ਪਹੁੰਚੇ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਪਹੁੰਚਣ ਦੇ ਲਈ, ਬਹੁਤ ਬਹੁਤ ਧੰਨਵਾਦ ਗੁਰਜੰਟ ਸਿੰਘ ਜੀ ਜੰਟ ਯੂਕੇ। ਔਰ ਸਾਡੇ ਬਾਕੀ ਸਤਿਕਾਰਯੋਗ ਗੁਰਮੇਲ ਸਿੰਘ ਜੀ ਸੇਖੋ ਸਾਹਿਬ ਕੜਿਆਲ, ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਗੁਰਮੇਲ ਸਿੰਘ ਜੀ ਸੇਖੋ ਕੜਿਆਲ। ਲਓ ਜੀ ਮੈਚ ਚਾਲੂ ਕੀਤਾ ਜਾਵੇ ਬਾਈ ਜੀ। ਹੈਲੋ, ਆ ਖਿਡਾਰੀ ਸਾਹਿਬ, ਇਹਨਾਂ ਨੂੰ ਬੇਨਤੀ ਆ ਕਿ ਐਵੇਂ ਨਿੱਕੀ ਨਿੱਕੀ ਗੱਲ ਤੇ ਉੱਤੇ ਹੀ ਨਾ ਐਵੇਂ ਰੈਫਰੀ ਨਾਲ ਕੈਂਤੂ ਪਰੰਤੂ ਕਰੀ ਜਾਣ, ਰੈਫਰੀ ਦਾ ਫੈਸਲਾ ਟੱਲ ਹੋਵੇਗਾ। ਸਾਡਾ ਵੀਰ ਗੁਰਜੰਟ ਸਿੰਘ ਜੰਟਾ ਯੂਕੇ ਇੰਗਲੈਂਡ ਵੱਲੋਂ ਜੋ ਖੇਡ ਪ੍ਰਮੋਟਰ ਹੈ ਹੇਜ ਕਬੱਡੀ ਕਲੱਬ ਦੀ ਤਰਫੋਂ ਸਾਡੇ ਦਰਮਿਆਨ ਪਹੁੰਚਿਆ। ਸੋ ਪ੍ਰਧਾਨ ਸਾਹਿਬ ਨਿਰਮਲ ਸਿੰਘ ਜੀ ਕਲੀਅਰ ਸਾਹਿਬ ਕਹਿੰਦੇ ਵੀ ਉਹਨਾਂ ਨੂੰ ਅੰਦਰ ਬੁਲਾਇਆ ਜਾਵੇ। ਸੋ ਖੇਡ ਪ੍ਰਮੋਟਰਾਂ ਨੂੰ ਵਿਸ਼ੇਸ਼ ਤੌਰ ਤੇ ਮੇਰੇ ਵੀਰੋ ਜੀ ਆਇਆਂ ਆਖਦੀ ਆ ਸਾਡੀ ਇਹ ਕਲੱਬ ਸਾਡੇ ਗੁਰਜੰਟ ਸਿੰਘ ਜੰਟਾ ਯੂਕੇ। ਮੈਂ ਵਿੱਕੀ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਅੰਦਰ ਲੈ ਕੇ ਆਉਣ, ਬਾਅਦ ਮਿਹਰਬਾਨੀ ਜੀ। ਮੁਕਾਬਲਾ ਫਿਰ ਸ਼ੁਰੂ ਹੋ ਗਿਆ, ਲਾਸਟ ਜਿਹੜਾ ਮੈਚ ਮੇਰੇ ਕੋਲੇ ਆ, ਸਿੱਧੂ ਆਪਣੇ ਪੈਸੇ ਨਹੀਂ ਲੈ ਕੇ ਗਿਆ, ਜਨੇਰ ਵਾਲਾ ਸਿੱਧੂ ਦੋਗੇ ਮੇਰੇ ਵੀਰੇ 200 ਰੁਪਈਆ ਮੇਰੇ ਕੋਲੇ ਸਰਦਾਰ ਬਲਵਿੰਦਰ ਸਿੰਘ ਜੀ ਆ ਸਰਦਾਰ ਗੁਰਸੇਖ ਸਿੰਘ ਜੀ ਨੇ ਦਿੱਤਾ ਸੀ, ਉਹ ਪੈਸੇ ਮੇਰੇ ਕੋਲੇ ਜਿਉਂ ਦੇ ਤਿਉਂ ਨੇ, ਉਹ ਮੇਰੇ ਵੀਰੇ ਕੋਲੋਂ ਜ਼ਰੂਰ ਲੈ ਜਾਵੇ, ਮਿਹਰਬਾਨੀ ਹੋਵੇਗੀ। ਸੋ ਟੀਮਾਂ ਨੂੰ ਬੇਨਤੀ ਹੈ ਬਾਈ ਜੀ, ਜਦ ਤੁਹਾਡਾ ਮੈਚ ਹੋਇਆ ਇੱਥੇ ਬੈਠ ਜਾਵੋ, ਕੋਈ ਵੀ ਟੀਮ ਵਿੱਚ ਨਾ ਜਾਵੇ, ਹੱਥ ਬੰਨ੍ਹ ਕੇ ਬੇਨਤੀ ਹੈ। ਲਾ ਜੀ ਸਾਹਮਣੇ ਪਈ ਹੋਈ ਕਬੱਡੀ, ਸੋਹਣਾ ਮੈਚ ਦੋਨਾਂ ਟੀਮਾਂ ਦੇ ਦਰਮਿਆਨ। ਲਾ ਜੀ ਨਿਧਾਬਾਲ ਦੀ ਤਰਫੋਂ ਫਿਰ ਕਬੱਡੀ ਪੈਣ ਜਾ ਰਹੀ ਹੈ, ਇੱਕ ਪਾਸੇ ਨਿਧਾਬਾਲ ਦੀ ਟੀਮ ਖਿਡਾਰੀ ਨੇ ਮੱਥਾ ਟੇਕ ਦਿੱਤਾ ਹੈ, ਨਿਧਾਬਾਲੀ ਇੱਧਰ ਖੇਤਾਂ ਵਾਲੀ ਸਾਈਡ ਸ਼ਹਿਰ ਵਾਲੀ ਸਾਈਡ ਕਹਿ ਲਈਏ, ਆਰ ਭਲੂਰ ਦੀ ਜਿਹੜੀ ਟੀਮ ਹੈ ਗੇਟ ਵਾਲੀ ਸਾਈਡ ਹੈ। ਜਲਦੀ ਤੋਂ ਜਲਦੀ ਮੇਰੇ ਵੀਰੇ ਸਾਹਮਣੇ ਭਲੂਰ ਵਾਲੇ ਨੇ ਜੱਫਾ ਲਾ ਦਿੱਤਾ, ਭਲੂਰ ਦੇ ਨਾਂ ਨਾਲ ਇੰਨੀ ਮਸ਼ਹੂਰ ਹੋਇਆ ਮੇਰੇ ਵੀਰੇ ਜੀ ਕੋਈ ਮੇਜਰ ਸਿੰਘ ਬਰਾੜ ਜੀ ਨੇ ਭਲੂਰ ਦਾ ਨਾਂ ਚਮਕਾ ਦਿੱਤਾ। ਜਲੰਧਰ ਸਿੰਘ ਜੀ ਸਿੱਧੂ ਸਾਹਿਬ ਵੀ ਮੈਚ ਦੇਖ ਰਹੇ ਨੇ, ਨਾਲ ਸਾਡਾ ਵੀ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਮਿੰਟਨ ਵਾਲਾ ਸਾਡਾ ਦਵਿੰਦਰ ਸਿੰਘ ਧਾਨਾ ਵੈਰੋਕਿਆ ਵਾਲਾ ਸ਼ੇਰਾ ਢਿੱਲੋ ਸੋਨੀ ਸਵੱਦੀ ਮੈਚ ਦੇਖ ਰਹੇ ਨੇ, ਔਰ ਸੋਨੀ ਤਾਵਰ ਮੇਰੇ ਵੀਰੇ ਵਿਸ਼ੇਸ਼ ਤੌਰ ਤੇ ਇੰਡੀਆ ਪਹੁੰਚਿਆ ਹੋਇਆ ਹੈ, ਅੱਜ ਵਾਦਾ ਸਨਮਾਨਾਂ ਦੀ ਗੱਲ ਦੱਸਦੀ ਹੈ। ਕਮਲਜੀਤ ਸਿੰਘ USA ਤੋਂ ਜੁੜੇ ਹੋਏ ਨੇ, ਧੰਨਵਾਦ ਹੈ। ਗੁਰਪ੍ਰੀਤ ਆਸਟ੍ਰੇਲੀਆ ਤੋਂ ਸਾਡੇ ਨਾਲ ਲਾਈਵ ਦੇਖ ਰਹੇ ਨੇ, ਹਰਜੀਤ ਗੁਰਜੀਤ ਦੇ ਨਾਲ ਹੀ ਰੇਸ਼ਮ ਸਿੰਘ ਕੈਨੇਡਾ ਸਰੀ ਤੋਂ ਮੈਚ ਦੇਖ ਰਹੇ ਨੇ, ਧੰਨਵਾਦ। ਪ੍ਰਦੀਪ ਤੇ ਹੈਪੀ ਇਹਨਾਂ ਦੇ ਚਾਚੇ ਜੀ, ਉਹ ਵੀ ਆਨੰਦ ਮਾਣ ਰਹੇ ਨੇ ਮੈਚਾਂ ਦਾ, ਬਹੁਤ ਬਹੁਤ ਮਿਹਰਬਾਨੀ ਹੈ। ਸਾਹਮਣੇ ਕਬੱਡੀ ਪਾਉਂਦਾ ਹੋਇਆ ਆਪਣ ਦੀਆਂ ਟੀਮਾਂ ਨੂੰ ਬੇਨਤੀ ਹੈ, ਓਪਨ ਦੀਆਂ ਕੋਈ ਵੀ ਟੀਮਾਂ ਇੱਥੇ ਸਾਡੇ ਕੋਲ ਪਹੁੰਚੀਆਂ ਤਾਂ ਉਹ ਇੰਟਰ ਕਰਾ ਦੇਣ, ਅਸੀਂ ਬਹੁਤ ਜਲਦੀ ਉਹਨਾਂ ਦੇ ਮੈਚ ਸ਼ੁਰੂ ਕਰਾਉਣ ਲੱਗੇ ਹਾਂ। ਓਪਨ ਦੀਆਂ ਟੀਮਾਂ ਜਿੰਨੀਆਂ ਵੀ ਹੈਗੀਆਂ ਆਸੇ ਪਾਸੇ ਘੁੰਮ ਰਹੀਆਂ, ਉਹਨਾਂ ਨੂੰ ਬੇਨਤੀ
ਤੇ ਸਟੇਜ ਤੇ ਸਾਡੇ ਨਾਲ ਸੰਪਰਕ ਕਰਨ। ਔਰ ਨਾਲ ਹੀ ਅਸੀਂ ਆ 70 ਕਿਲੋ ਦੇ ਵਿੱਚ ਵੀ ਬੈਸਟ ਰੇਡਰ ਤੇ ਬੈਸਟ ਜਾਫੀ ਚੁਣਨੇ ਆ ਜਿਨ੍ਹਾਂ ਨੂੰ ਕਲਰ ਟੀਵੀ ਦਿੱਤੇ ਜਾਣੇ ਆ, ਬੈਸਟ ਰੇਡਰ ਨੂੰ ਤੇ ਬੈਸਟ ਜਾਫੀ ਨੂੰ। ਇਸੇ ਤਰ੍ਹਾਂ ਹੀ ਓਪਨ ਦੀਆਂ ਜਿਹੜੀਆਂ ਟੀਮਾਂ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਖਿਡਾਰੀ ਫਸਟ ਰੇਡਰ ਤੇ ਫਸਟ ਜਾਫੀ ਨਿਕਲਿਆ ਉਹਨਾਂ ਨੂੰ ਐਲ ਸੀ ਡੀ 32 ਇੰਚ ਉਸ ਖਿਡਾਰੀ ਨੂੰ ਦਿੱਤੀ ਜਾਣੀ ਆ। ਬੇਨਤੀ ਆ ਕਿ ਜਿਹੜੇ ਖਿਡਾਰੀ ਓਪਨ ਦੇ ਆਸੇ ਪਾਸੇ ਫਿਰਦੇ ਆ ਉਹ ਟੀਮ ਆ ਕੇ ਸਾਡੇ ਕੋਲ ਐਂਟਰ ਕਰਾਉਣ। ਲਓ ਜੀ, ਜਿੱਥੇ ਸਾਡੇ ਸਤਨਾਮ ਸਿੰਘ ਜੀ ਨੇ ਦੱਸਿਆ ਵੀ 70 ਕਿਲੋ ਵਾਲਿਆਂ ਲਈ ਜਿਹੜੇ ਆਪਾਂ ਟੀਵੀ ਰੱਖੇ ਹੋਏ ਨੇ ਆਰ ਕਬੱਡੀ ਓਪਨ ਲਈ ਬਹੁਤ ਹੀ ਵਧੀਆ ਐਲ ਸੀ ਡੀਆਂ ਜਿਹੜੀਆਂ ਸਾਡੀ ਕਲੱਬ ਵੱਲੋਂ ਰੱਖੀਆਂ ਗਈਆਂ ਨੇ, ਧੰਨਵਾਦ ਹੈ। ਇਹ ਮਾਣ ਹੈ ਮੇਰੇ ਵੀਰੇ, ਜਿਹੜਾ ਬੈਸਟ ਮਾਣ ਹੈ ਕਿਸੇ ਕਿਸੇ ਨੂੰ ਮਿਲਦਾ ਜਿਹੜਾ ਵਧੀਆ ਖੇਡ ਕਰੇ। ਸੁੱਖੇ ਆ ਸੁਗਾਨੰਦ ਜਿਹੜੇ ਓਪਨ ਲਗਾ ਗਏ ਬਾਈ ਜੀ, ਆਪਦੀ ਐਂਟਰੀ ਫੀਸ ਦੇ ਦਿਓ, ਅਸੀਂ ਟਾਈਮ ਲੱਗੇ ਇਹਨਾਂ ਦੀਆਂ ਨਹੀਂ ਵਿੱਚ ਐਂਟਰ ਨਹੀਂ ਕਰਨਾ ਇਹਨਾਂ ਨੂੰ, ਉਹਨਾਂ ਨੂੰ ਸਿਰਫ 1 ਮਿੰਟ ਦੀ ਕਾਲ ਆ, ਜੇ ਤਾਂ ਐਂਟਰੀ ਫੀਸ ਦੇ ਦੇਣਗੇ ਤਾਂ ਅਸੀਂ ਐਂਟਰ ਕਰਨਾ, ਨਹੀਂ ਅਸੀਂ ਇਹਨਾਂ ਨੂੰ ਬਸ ਬਾਈਪਾਸ ਕਰ ਦੇਣਾ। ਲੱਗਦੀ ਮੁਕਾਬਲਾ ਫੇਰ ਆ ਜਾਓ, ਪੈਸੇ ਲੈ ਜਾਓ। ਅੱਛਾ ਰੌਲਾ ਚੱਲਦਾ, ਠੀਕ ਹੈ। ਜਨੇਰ ਜੇਤੂ ਰਿਹਾ ਬਾਈ ਜੀ, ਇਹਨਾਂ ਮੈਚਾਂ ਦੇ ਵਿੱਚੋਂ ਬੋਲਿਆ ਗਿਆ ਆਹ ਫੜੋ, ਜਨੇਰ ਦੀ ਟੀਮ ਬਾਈ ਜੀ ਜੇਤੂ ਹੈ, ਇਹ ਸਾਡੀ ਕਲੱਬ ਦਾ ਫਾਈਨਲ। ਇਸ ਰਾਊਂਡ ਤੋਂ ਬਾਅਦ 62 ਕਿਲੋ ਦਾ ਮੁਕਾਬਲਾ ਸੁੱਕੇ ਉਹ ਕਰਾ ਦਿੱਤਾ ਜਾਵੇ, 62 ਕਿਲੋ ਦਾ ਫਾਈਨਲ ਮੁਕਾਬਲਾ। ਔਰ ਨਾਲ ਹੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਆ ਕਿ ਟਾਈਆਂ ਕੱਢਣ ਲੱਗੇ ਆ, ਜਿਹੜੀਆਂ ਸਾਡੇ ਕੋਲ ਟੀਮਾਂ ਪਹੁੰਚ ਗਿਆ ਅਸੀਂ ਉਹਨਾਂ ਦੀਆਂ ਟਾਈਆਂ ਕੱਢਣ ਲੱਗੇ ਹਾਂ। ਸੁਖਾਨੰਦ ਦੀ ਟੀਮ ਨੂੰ ਬੇਨਤੀ ਹੈ ਕਿ ਆਪਦੀ ਐਂਟਰੀ ਫੀਸ ਜਮ੍ਹਾਂ ਕਰਾ ਦੇਣ, ਨਹੀਂ ਅਸੀਂ ਉਹਨਾਂ ਦਾ ਨਾਂ ਨਹੀਂ ਪਾਉਣਾ। ਖੋਸਾ ਕੋਟਲਾ ਦੇ ਆਉਪੜ, ਇਹ ਲਾਸਟ ਮੈਚ ਮੇਰੇ ਕੋਲ ਰਹਿੰਦਾ ਹੈ। ਨਾਲ ਹੀ ਸਤਨਾਮ ਸਿੰਘ ਜੀ ਕਹਿੰਦੇ ਨੇ ਵੀ 62 ਕਿਲੋ ਦਾ ਫਾਈਨਲ ਜਿਹੜਾ ਮੈਚ ਹੈ ਉਹ ਕਰਵਾਇਆ ਜਾਵੇ। ਭਲੂਰ ਜਿੰਦਗੀ ਰਾਜੂ, ਫੌਜੀ ਕਲੇਰ ਸਾਹਿਬ, ਫੌਜੀ ਸਾਹਿਬ, ਭਲੂਰ ਜਿੰਦਗੀ, ਭਲੂਰ ਜਿੰਦਗੀ ਹੈ। ਲਓ ਜੀ, ਅਗਲਾ ਜਿਹੜਾ ਮੈਚ ਹੈ ਬਹੁਤ ਹੀ ਸੋਹਣਾ ਮੈਚ, ਦੇਖਣ ਯੋਗ ਮੈਚ ਹੋਵੇਗਾ। ਖੋਸਾ ਕੋਟਲਾ ਵਰਸਜ ਆਉਗੜਾਂ ਦੀ ਜਿਹੜੀ ਟੀਮ ਹੈ ਇਹਨਾਂ ਦੇ ਦਰਮਿਆਨ ਖੇਡਿਆ ਜਾਵੇਗਾ। ਲਾਦੀ ਮੁਕਾਬਲਾ ਜਿਹੜਾ ਪਿੰਡ ਦਾ ਸ਼ੁਰੂ ਹੋ ਗਿਆ ਹੈ। ਨਾਲ ਦੱਸ ਦੇਵਾਂ ਵੀ ਜੇ ਖੋਸਾ ਕੋਟਲੇ ਵਾਲੀ ਜਿਹੜੀ ਟੀਮ ਹੈ ਜਿੱਤਦੀ ਹੈ ਜਾਂ ਹਾਰਦੀ ਹੈ, 500 ਰੁਪਈਆ ਸਰਦਾਰ ਰੇਸ਼ਮ ਸਿੰਘ ਦੀ ਟੂਰ ਕੈਨੇਡਾ ਸਰੀ ਉਹਨਾਂ ਵੱਲੋਂ ਦਿੱਤਾ ਜਾਣਾ, ਜਿਨ੍ਹਾਂ ਦੇ ਫਾਦਰ ਸਾਹਿਬ ਵੀ ਇੰਡੀਆ ਪਹੁੰਚੇ ਹੋਏ ਨੇ, ਆਪਣੇ ਨਗਰ ਖੇੜੇ, ਆਪਣੀ ਜਨਮ ਭੂਮੀ ਤੇ, ਸਰਦਾਰ ਥਾਣਾ ਸਿੰਘ ਜੀ ਸਰੀ ਕੈਨੇਡਾ। ਲਾਦੀ ਸਾਹਮਣੇ ਗੁਰੂ ਆਖਦੇ
ਫਤਿਹਗੜ੍ਹ ਦੀ ਧਰਤੀ ਦਾ ਖੁਸਾ ਪਰਿਵਾਰ ਦਾ ਸਰਦਾਰ ਬਲਵਿੰਦਰ ਸਿੰਘ ਦੇ ਘਰ ਦਾ ਚਿਰਾਗ ਔਰ ਦੂਜੇ ਪਾਸੇ ਸੁਣ ਕਹਿੰਦੇ ਨੇ ਵੀ ਬਹੁਤ ਹੀ ਸੋਹਣੀ ਖੇਡ ਖੇਡਦਾ ਗੱਦੀ ਪਿੰਡ ਜਲਾਲਾ ਪਾਰ ਦੀ ਧਰਤੀ ਚੱਫਾ ਲਾ ਦਿੱਤਾ ਵਾਹ ਨਹੀਂ ਹੋ ਰਹੀ ਸਰ ਬਹੁਤ ਹੀ ਸੋਹਣਾ ਜੱਫਾ ਸੋਹਣੇ ਨੇ ਲਾ ਦਿੱਤਾ ਅੱਜ ਕੱਲ੍ਹ ਸਤਾਰਾਂ ਦੇ ਵਿੱਚ ਦਾਅ ਹੈ ਇਸ ਪਲੇਅਰ ਦਾ ਔਰ ਅਗਲੀ ਕਬੱਡੀ ਫਿਰ ਵੀਰੋ ਸੁੱਖੀ ਨੇ ਪਾਈ ਸੀ ਔਰ ਸੁੱਖੀ ਬਹੁਤ ਹੀ ਵਧੀਆ ਪਲੇਅਰ ਹੈ ਸੋ ਰੈਫਰੀਆਂ ਨੂੰ ਬੇਨਤੀ ਹੈ ਬਾਈ ਜੀ ਧਿਆਨ ਦਿਓ ਤੁਸੀਂ ਕਲੱਬ ਦੇ ਫੈਸਲੇ ਜਿਹੜੇ ਆਪੇ ਕਰਨਗੇ ਸੁੱਖੀ ਕਬੱਡੀ ਤਾਂ ਬੋਲੀ ਫਿਰ ਵਾਧਾ ਹੋਇਆ ਸੁਪਰ ਸਟਾਰਾਂ ਦੇ ਵਿੱਚ ਦਾਓ ਸੁੱਖੀ ਵਾਹ ਸੱਜਣਾ ਨਹੀਂ ਰਿਸ ਔਰ ਹਲਕਾ ਜਿਹਾ ਚੱਚ ਖੁਸੇ ਕੋਟਲੇ ਵਾਲੇ ਬਾਈ ਜੀ ਜਿੱਤਦੇ ਹੈ ਜਾਂ ਹਾਰਦੇ ਹੈ 500 ਰੁਪਈਆ ਰੇਸ਼ਮ ਸਿੰਘ ਜੀ ਦੂਰ ਕਨੇਡਾ ਉਹ 500 ਰੁਪਈਆ ਸਾਡੇ ਰਿਸ਼ਪਾਲ ਸਿੰਘ ਜੀ ਬੋਲਾ ਜੀ ਉਹਨਾਂ ਦੇ ਕੋਲੋਂ ਆ ਕੇ ਲੈ ਜਾਣ ਤੁਹਾਡੀ ਸਾਹਮਣੇ ਪਈ ਹੋਈ ਕਬੱਡੀ ਬਾਜੀ ਫਤਿਹਗੜ੍ਹੀ ਹੈ ਮਾਣ ਕਰਦਾ ਨਾਲ ਗੁਰਦੇਵ ਸਿੰਘ ਗਾਂਧੀ ਇਟਲੀ ਤੋਂ ਜੁੜਿਆ ਹੋਇਆ ਬਹੁਤ ਹੀ ਸੋਹਣੀ ਕਬੱਡੀ ਖੇਡਦਾ ਜਸਵਿੰਦਰ ਸਿੰਘ ਮਨੀਲਾ ਕੜਿਆਲ ਵਾਲੇ ਨਿੱਟ ਤੇ ਬੈਠੇ ਨੇ ਦਿਲਬਾਗ ਸਿੰਘ ਮਨੀਲਾ ਕੜਿਆਲ ਉਹਨਾਂ ਦਾ ਵੀ ਧੰਨਵਾਦ ਹੈ ਬੰਟੀ ਮਾੜ ਨਾਭਾ ਚਮਕੌਰ ਸਿੱਧੂ ਚਾਦਰ ਵਾਲਾ ਔਰ ਨਾਲ ਹੀ ਗੁਰਪ੍ਰੀਤ ਕਨੇਡਾ ਸਾਰਿਆਂ ਦਾ ਧੰਨਵਾਦ ਹੈ ਸਤਨਾਮ ਸਿੰਘ ਜੀ ਕਨੇਡਾ ਨਾਲ ਦੀ ਸਾਹਮਣੇ ਪੈਂਦੀ ਹੋਈ ਕਬੱਡੀ ਹਰਦੀਪ ਸਿੰਘ ਤੂਰ ਮਨੀਲਾ ਗੁਰਪ੍ਰੀਤ ਮਨੀਲਾ ਇੱਧਰ ਪਈ ਹੋਈ ਕਬੱਡੀ ਚਾਰ ਖਿਡਾਰੀ ਦੇ ਖੁਸ਼ਿਆਂ ਦੀ ਧਰਤੀ ਦੇ ਇੱਕ ਪਾਸੇ ਭਲੂਰੀਆ ਬਸੰਤ ਮੇਰੇ ਵੀਰੋ ਕੈਲਗਰੀ ਦੀਆਂ ਗਰਾਉਂਡਾਂ ਦੇ ਵਿੱਚ ਮਲਮੇਜਰ ਸਿੰਘ ਦੀ ਬਰਾੜ ਦੇ ਸੱਦੇ ਤੇ ਬਹੁਤ ਹੀ ਤਕੜੀ ਕਬੱਡੀ ਖੇਡੀ ਹੈ ਔਰ ਅੱਜ ਖੁਸੇ ਕੋਟਲੇ ਦਾ ਪੁੱਤ ਬਣ ਖੇਡਦਾ ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਸਤਨਾਮ ਸਿੰਘ ਜੀ 62 ਕਿਲੋ ਦੀ ਟੀਮ ਬੋਲ ਦਿਓ ਕਿਹੜੀ ਆ ਸਾਫੂ ਵਾਲਾ ਤੇ ਢਿੰਡਰ ਕਬੱਡੀ 62 ਕਿਲੋ ਨਾਲ ਹੀ ਮੈਂ ਬੇਨਤੀ ਕਰਦਾ ਸਤਨਾਮ ਸਿੰਘ ਜੀ ਵੀ ਅਗਲੀਆਂ ਜਿਹੜੀਆਂ ਟੀਮਾਂ ਇਸ ਤੋਂ ਇਲਾਵਾ ਚਾਹੇ ਓਪਨ ਜਾਂ ਇਹਨਾਂ ਦੀਆਂ 70 ਦੀਆਂ ਟਾਈਆਂ ਉਹ ਲਿਸਟ ਦਿੱਤੀ ਜਾਵੇ ਤਾਂ ਕਿ ਆਪਾਂ ਬੋਲ ਸਕੀਏ ਇਹਨਾਂ ਦੇ ਮੁਕਾਬਲੇ ਲਾ ਦੀ ਸਾਡੇ ਕੁਲਦੀਪ ਮਾਲੇ ਤੋਂ ਉਹਨਾਂ ਦਾ ਬ੍ਰਦਰ ਮੋਟਰਸਾਈਕਲ ਖਿੱਚੇਗਾ ਕੰਨ ਦੇ ਨਾਲ ਉਹਦੇ ਵੱਲ ਵੀ ਆਪਾਂ ਧਿਆਨ ਦੇਣਾ ਸਾਹਮਣੇ ਪਈ ਹੋਈ ਕਬੱਡੀ ਹੈ ਬਾਸ ਜਿਹੜਾ ਨਹੀਂ ਰਿਸ ਅੰਕ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਅਗਲੀ ਕਬੱਡੀ ਸੁੱਖੀ ਪਾਵੇਗਾ ਕਾਉਟੀ ਕਾਉਟੀ ਕਰਕੇ ਜਦ ਰੇਡਾ ਪਾਵਾਂ ਮੈਂ ਫੁਰਤੀ ਦੇ ਨਾਲ ਖੇਡਾਂ ਕਿਸੇ ਦੇ ਹੱਥ ਨਾ ਆਵਾਂ ਮੈਂ 35 ਤੱਕ ਦੇ ਰੇਡ ਰਿਹਾ ਨੀ ਬੱਲੀਏ ਯਾਰਾਂ ਦੀ ਖੇਡ ਕਬੱਡੀ ਬਣ ਗਈ ਸੁੱਖਿਆ ਜ਼ਿੰਦਗੀ ਯਾਰਾਂ ਦੀ ਖੇਡ ਕਬੱਡੀ ਬਣ ਗਈ ਸੁੱਖਿਆ ਜ਼ਿੰਦਗੀ ਯਾਰਾਂ ਦੀ ਇੱਕ ਪਾਸੇ ਪੈਂਦੇ ਵੀ ਟੁੱਟ ਕੇ ਪੈ ਗਏ ਪਰ ਡਬਲ ਟੱਚ ਕਹਿੰਦੇ ਨੇ ਵੀ ਧੁੱਪ ਚ ਮੋਮ ਜਗਾਉਣੀ ਅੰਨੇ ਨੂੰ ਸ਼ੀਸ਼ਾ ਦਿਖਾਉਣਾ ਤੇ ਰੈਫਰੀ ਤੇ ਇਲਜ਼ਾਮ ਲਾਉਣਾ ਇਹ ਗੱਲ ਗਲਤ ਮੰਨੀ ਜਾਂਦੀ ਹੈ ਇੱਕ ਨੂੰ ਦੋ ਦੇ ਪੈਣਾ ਗੱਲ ਗਲਤ ਹੁੰਦੀ ਹੈ ਸਾਹਮਣੇ ਫਿਰ ਕਹਿੰਦੇ ਨੇ ਵੀ ਖੁਸਾ ਪਰਿਵਾਰ ਦਾ ਇੱਕ ਸਾਡੇ ਵੀਰ ਜਸਵਿੰਦਰ ਸਿੰਘ ਦੀ ਛਿੰਦਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਗਏ ਨੇ ਧੰਨਵਾਦ ਹੈ ਸਾਹਮਣੇ ਪੈਂਦੀ ਹੋਈ ਕਬੱਡੀ ਜਗਰਾਜ ਸਿੰਘ ਜੀ ਸਾਬਕਾ ਸਰਪੰਚ ਸਾਡੀ ਸਮੁੱਚੀ ਕਲੱਬ ਦੇ ਲਈ 500 ਰੁਪਈਆ ਮੈਚ ਤਹਿਤਾ ਭੇਜਦੇ ਨੇ ਸਾਡੀ ਪ੍ਰਧਾਨ ਨਿਰਮਲ ਦੀ ਕਲੇਸ਼ ਸਾਹਿਬ ਉਹਨਾਂ ਵੱਲੋਂ ਵੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਮੁੱਚੀ ਕਲੱਬ ਵੱਲੋਂ ਹੈਲੋ ਲਾਲ ਜੀ ਸੁਖਵਿੰਦਰ ਸਿੰਘ ਜੀ ਖੁਸਾ ਕੋਟਲਾ ਹੈਲੋ ਸੁਖਜਿੰਦਰ ਸਿੰਘ ਜੀ ਸਰਦਾਰ ਜਗਰਾਜ ਸਿੰਘ ਜੀ ਸਾਡੇ ਇਸ ਖੁਸਾ ਕੋਟਲਾ ਦੇ ਸਾਬਕਾ ਸਰਪੰਚ ਉਹਨਾਂ ਵੱਲੋਂ 500 ਰੁਪਈਆ ਇਸ ਸਪੋਰਟਸ ਕਲੱਬ ਨੂੰ ਦਿੱਤਾ ਜਾਂਦਾ ਹੈ ਅਸੀਂ ਸਰਦਾਰ ਜਗਰਾਜ ਸਿੰਘ ਸਾਬਕਾ ਸਰਪੰਚ ਨੂੰ ਇੱਥੇ
ਟੂਰਨਾਮੈਂਟ 'ਚ ਪਹੁੰਚੇ ਔਰ ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਅਸੀਂ ਧੰਨਵਾਦ ਕਰਦੇ ਹਾਂ ਜਿੱਥੇ ਸਵਰਗਵਾਸੀ ਰਾਜਪ੍ਰੀਤ ਸਿੰਘ ਜੀ ਰਾਜਾ ਕਲੇਰ ਉਹਨਾਂ ਦਾ ਸਮੁੱਚਾ ਪਰਿਵਾਰ ਨੇੜੇ ਤੇ ਬੈਠਾ ਹੈ ਔਰ ਉਹਨਾਂ ਦੇ ਫਾਦਰ ਸਾਹਿਬ ਜਸਵਿੰਦਰ ਸਿੰਘ ਜੀ ਕੈਨੇਡਾ 500 ਰੁਪਇਆ 1000 ਰੁਪਇਆ ਖੁਸੇ ਕੋਟਲੇ ਦੀ ਟੀਮ ਨੂੰ ਦੇਣਗੇ ਚਾਹੇ ਜਿੱਤਦੀ ਹੈ ਚਾਹੇ ਹਰਦੀ ਹੈ। ਬਹੁਤ ਬਹੁਤ ਧੰਨਵਾਦ। 1500 ਰੁਪਇਆ ਤੁਹਾਡਾ ਹੋ ਗਿਆ ਜੀ ਜਿੱਥੇ ਜਸਵਿੰਦਰ ਸਿੰਘ ਜੀ ਕਲੇਰ ਸਾਹਿਬ 1000 ਨਾਲ ਰੇਸ਼ਮ ਸਿੰਘ ਕਪੂਰ ਕੈਨੇਡਾ 500 ਉਹਨਾਂ ਵੱਲੋਂ 1500 ਰੁਪਇਆ ਹੱਕਦਾਰ ਇਸ ਵਕਤ ਹੋ ਗਈ ਹੈ ਖੁਸੇ ਕੋਟਲੇ ਦੀ ਸਮੁੱਚੀ ਟੀਮ। ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਟੀਮਾਂ ਦਾ। ਚੱਲ ਵੀ ਸੱਜਣਾ ਉੱਧਰ ਜੱਫਾ ਲੱਗਿਆ ਹੋਇਆ ਤੇ ਜੱਗਾ ਜੱਟ ਨੀ ਕਿਸੇ ਨੇ ਬਣ ਜਾਣਾ ਤੇ ਘਰ ਘਰ ਪੁੱਤ ਜੰਮਦੇ। ਜੱਗਾ ਜੱਗਾ ਚੌੜਾ ਬਹੁਤ ਹੀ ਵਧੀਆ ਕਬੱਡੀ ਖੇਡੀ ਹੈ ਪਿੰਡਰਾਂ ਵਾਲਿਆਂ ਨੇ। ਪਿੰਡਰਾਂ ਦੀ ਟੂਟੀ ਹਾਲੇ ਤੱਕ ਬੋਲਦੀ ਹੈ ਚਾਹੇ ਅੱਜ ਦੇ ਖਿਡਾਰੀ ਹਰਪ੍ਰੀਤ ਖੰਨਾ ਗੋਲਡੀ ਰਮਨ ਮੇਰੇ ਵੀਰੋ ਇਹਨਾਂ ਖਿਡਾਰੀਆਂ ਦੀ ਗੱਲ ਸੀਗੀ ਮਲਕੀਤੇ ਵਰਗੇ ਬਗੀਚੇ ਵਰਗੇ ਸੋਹਣੀ ਖੇਡ ਖੇਡਦੇ ਨੇ। ਨਾਲ ਦੂਜੇ ਪਾਸੇ ਫੌਜੀ ਸਾਹਿਬ ਬਹੁਤ ਹੀ ਸੋਹਣੇ ਖਿਡਾਰੀ ਰਹੇ ਨੇ ਔਰ ਸਾਹਮਣੇ ਕਬੱਡੀ ਪਾਉਂਦਾ ਹੋਇਆ ਇਸ ਵਕਤ ਦੇ ਪਲੇਅਰ ਨਾਲ ਹੀ ਬੇਨਤੀ ਹੈ ਬਾਈ ਦੀ 62 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਪਹੁੰਚ ਗਈਆਂ ਜੀ। ਬਾਈ ਬਸੰਤ ਨੇ ਕੋਸ਼ਿਸ਼ ਕੀਤੀ ਪਰ ਪੁਆਇੰਟ ਕਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਮੈਚ ਸਮਾਪਤ ਹੈ। 62 ਕਿਲੋ ਦੀਆਂ ਟੀਮਾਂ ਬਾਈ ਦੀ ਨਾਲ ਹੀ ਸਾਡੇ ਬਾਪੀ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਜੀ ਗੁਲਸ਼ਨ ਸਾਡੇ MP ਵਿਸ਼ੇਸ਼ ਤੌਰ ਤੇ ਪਹੁੰਚਣ ਵਾਲੇ ਨੇ। ਧੰਨਵਾਦ। ਐਸ ਟੀਮਾਂ ਖੇਡਦੀਆਂ ਸੀਗੀਆਂ ਉਹਨਾਂ ਦੇ ਇਤਰਾਜ ਆਇਆ ਉਹਨਾਂ ਦਾ ਰਿਜ਼ਲਟ ਅਨਾਊਂਸ ਨਾ ਕੀਤਾ ਜਾਵੇ। ਲਾਲ ਜੀ ਕੋਸਿਆਂ ਵਾਲੇ ਬਾਈ ਰਿਸ਼ਪਾਲ ਕੋਲੇ ਤੋਂ ਆਪਣੇ ਪੈਸੇ ਲੈ ਜਾਣ ਔਰ 1000 ਰੁਪਈਏ ਸਵਰਗਵਾਸੀ ਰਾਜਾ ਜੀ ਉਹਨਾਂ ਦੇ ਡੈਡੀ ਜੀ ਜਸਵਿੰਦਰ ਸਿੰਘ ਦੀ ਤਰਫੋਂ ਹੈ। ਉਹ ਬਾਈ ਆ ਬਕਸਾ ਆਇਆਂ ਨੂੰ ਕਦੋਂ ਕਰਤਾ ਉਧਰ ਨੂੰ ਕਰੋ ਯਾਰ ਬਾਈ। ਹੈਲੋ 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 ਠੀਕ ਹੈ ਵੀਰੇ। ਲਾਲ ਜੀ ਨਾਲ ਹੀ ਮੇਰੀ ਬੇਨਤੀ ਹੈ ਅਗਲੀਆਂ ਟੀਮਾਂ ਕਬੱਡੀ 62 ਕਿਲੋ ਇਹ ਟੀਮਾਂ ਦੇ ਮੈਚ ਜਿਹੜੇ ਤੁਹਾਡੇ ਸਾਹਮਣੇ ਸ਼ੁਰੂ ਹੋਣੇ ਨੇ। ਨਾਲ ਹੀ ਅਮਰੀਕ ਖੋਸਾ ਜੀ ਅਮਰੀਕ ਖੋਸਾ ਅਗਲੇ ਮੈਚਾਂ ਦੀ ਗੱਲ ਕਰੇਗਾ ਸਾਡਾ ਵੀਰ ਅਮਰੀਕ ਖੋਸਿਆਂ ਵਾਲਾ ਜਿਹਨੂੰ ਸਾਡੀ ਇਸ ਕਲੱਬ ਵੱਲੋਂ ਮੇਰੇ ਵੀਰੇ ਹੀਰੋ ਹਾਂਡਾ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤੇ ਗਏ ਸਨ ਔਰ ਬੜਾ ਪਿਆਰ ਹੈ ਇਸ ਨਗਰ ਦਾ ਅਮਰੀਕ ਦੇ ਸਿਰ ਤੇ ਆਸ਼ੀਰਵਾਦ ਹੈ ਔਰ ਬਹੁਤ ਹੀ ਮਿੱਠੇ ਬੋਲ ਬੋਲਦਾ ਹੈ ਸਾਡਾ ਪਿਆਰਾ ਵੀਰ ਅਮਰੀਕ ਖੋਸਾ। ਲਾ ਦੀ 62 ਕਿਲੋ ਦੀ ਕਿਹੜੀ ਟੀਮ ਸਾਫੂ ਵਾਲਾ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਜੀ ਗੁਲਸ਼ਨ ਜੋ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਹਲਕਾ ਫਰੀਦਕੋਟ ਤੋਂ MP ਨੇ ਜੋ ਔਰ ਸਾਡੇ ਮਾਨਯੋਗ ਸਰਪੰਚ ਸਰਦਾਰ ਸੁਖਮੰਦਰ ਸਿੰਘ ਜੀ ਔਰ ਸਾਡੇ ਕਲੱਬ ਪ੍ਰਧਾਨ ਨਿਰਮਲ ਸਿੰਘ ਜੀ ਕਲੇਰ ਸਾਹਿਬ ਉਹਨਾਂ ਦੀ ਸਮੁੱਚੀ ਕਲੱਬ ਤੇ ਸਮੁੱਚੀ ਗ੍ਰਾਮ ਪੰਚਾਇਤ ਜਿਹੜੀ ਸਕਾਊਟ ਕਰਨ ਜਾ ਰਹੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਜੀ ਗੁਲਸ਼ਨ ਜੋ ਸਾਡੇ ਇਲਾਕੇ ਦਾ ਮਾਣ। ਇੱਕ ਵਾਰੀ ਤਾੜੀਆਂ ਮਾਰ ਦਿਓ ਬੀਬੀ ਜੀ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਬਾਈ ਜੀ। ਬਹੁਤ ਬਹੁਤ ਧੰਨਵਾਦ ਸਾਡੀ ਇਸ ਕਲੱਬ ਦੀ ਤਰਫ ਪ੍ਰਧਾਨ ਨਿਰਮਲ ਸਿੰਘ ਜੀ ਕਲੇਰ ਸਾਹਿਬ ਔਰ ਸਾਡੇ ਸਰਪੰਚ ਸਰਦਾਰ ਸੁਖਮੰਦਰ ਸਿੰਘ ਜੀ ਔਰ ਸਰਦਾਰ ਥਾਣਾ ਸਿੰਘ ਜੀ ਕੈਨੇਡਾ ਉਹਨਾਂ ਦੀ ਤਰਫੋਂ ਵੀ ਧੰਨਵਾਦ ਹੈ ਔਰ ਨਾਲ ਹੀ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਸਮੁੱਚੀ ਕਲੱਬ ਵੱਲੋਂ ਸਾਡੇ ਹਲਕਾ ਫਰੀਦਕੋਟ ਦੇ MP ਜਿਹਨਾਂ ਤੇ ਬੜਾ ਸਾਨੂੰ ਮਾਣ ਹੈ ਬੀਬੀ ਪਰਮਜੀਤ ਕੌਰ ਜੀ ਗੁਲਸ਼ਨ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਨੇ ਸਾਡੀ ਇਸ ਕਲੱਬ ਵੱਲੋਂ
ਅਸੀਂ ਵੈਲਕਮ ਆਖਦੇ ਹਾਂ, ਅਸੀਂ ਜੀ ਆਇਆਂ ਆਖਦੇ ਹਾਂ। ਜਿੰਨੇ ਵੀ ਕਦਮ ਚੱਲ ਕੇ ਆਏ ਨੇ ਸਿਰ ਮੱਥੇ ਤੇ ਸਲਾਮੀ ਮੁਹੱਬਤ ਵੈਲਕਮ ਆਖਿਆ ਜਾਂਦਾ ਹੈ। ਔਰ ਥੋੜੇ ਸਮੇਂ ਦੇ ਵਿੱਚ ਆਪਣੇ ਜਿਹੜੇ ਵਿਚਾਰ ਹੈ ਉਹ ਸਮੁੱਚੀ ਸੰਗਤ ਦੇ ਨਾਲ ਸਾਂਝੇ ਕਰਨਗੇ। ਜਦ ਪ੍ਰਧਾਨ ਨਿਰਮਲ ਸਿੰਘ ਜੀ ਦਾ ਹੁਕਮ ਹੋਵੇਗਾ ਤਦ ਦਾਸ ਵੱਲੋਂ ਇਹ ਬੋਲਿਆ ਜਾਵੇਗਾ ਕਿ ਦੋ ਮਿੰਟ ਦੇ। ਹੈਲੋ ਹੈਲੋ, ਆੜ੍ਹ ਦੀਆਂ ਟੀਮਾਂ ਦੋਨੇ, ਇੱਕ ਨੀ ਆਈ ਬਾਈ ਸਾਫੂ ਵਾਲਾ ਆਈ, ਦੂਜੀ ਪਤਾ ਨਹੀਂ, ਦੂਜੀ ਟੀਮ ਭਿੰਡਰ ਨੂੰ ਬੁਲਾਓ, ਭਿੰਡਰ ਭਿੰਡਰ ਭਿੰਡਰਾਂ ਵਾਲਿਆਂ ਨੂੰ ਬਾਈ ਜੀ ਦੋ ਮਿੰਟ ਦਾ ਸਮਾਂ, ਭਿੰਡਰ ਭਿੰਡਰ ਨਾਲ ਹੀ ਕਲੇਰ ਸਾਹਿਬ ਨੂੰ ਮੇਰੀ ਬੇਨਤੀ, ਇੱਕੋ ਮਿੰਟ ਗੱਲ ਸੁਣ ਕੇ ਮੁੜ ਜਾਓ ਜੀ। ਕਲੇਰ ਸਾਹਿਬ, ਨਿਰਮਲ ਵੀਰੇ, ਨਿਰਮਲ ਨਿਰਮਲ ਤੇਜੇ ਉਰੇ ਆਈ, ਬੋਲਦੇ ਬਾਈ ਸਾਡੇ ਫਾਈਨਲ ਮੈਚ ਦੀਆਂ ਜਿਹੜੀਆਂ ਟੀਮਾਂ ਨੇ ਲਾਈਨ ਅਪ ਹੋ ਜਾਣ, ਦੋਨੇ ਟੀਮਾਂ ਲਾਈਨ ਅਪ ਹੋ ਜਾਣ। ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਾਡੇ ਹਲਕੇ ਦੇ ਐਮ ਪੀ ਬੀਬੀ ਪਰਮਜੀਤ ਕੌਰ ਜੀ ਗੋਲਸਨ ਇਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣਗੇ। ਜੀ ਦੋਨੇ ਟੀਮਾਂ ਨੂੰ ਮੇਰੀ ਬੇਨਤੀ ਹੈ ਲਾਈਨ ਅਪ ਹੋ ਜਾਓ, ਦੋਨੇ ਟੀਮਾਂ ਲਾਈਨ ਅਪ ਹੋ ਜਾਓ। ਮਲਕੀਤ ਸਿਆ ਆ ਖਿਡਾਰੀਆਂ ਨੂੰ ਭੇਜ ਇੱਧਰ ਬਾਈ, ਲਾਈਨ ਅਪ ਹੋ ਜਾਓ ਸਾਰੇ ਖਿਡਾਰੀ। ਔਰ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਪ੍ਰਧਾਨ ਨਿਰਮਲ ਸਿੰਘ ਜੀ ਕਲੇਰ ਸਾਹਿਬ ਨੂੰ ਤੇ ਸਰਪੰਚ ਸਰਦਾਰ ਸੁਖਮੰਦਰ ਸਿੰਘ ਜੀ ਨੂੰ। ਹੈਲੋ 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 ਹੈਲੋ, ਆ ਸੁੱਕੇ ਦੋਨੇ ਟੀਮਾਂ ਆ ਗਈਆਂ 62 ਕਿਲੋ ਦੀਆਂ। ਹਾਂਜੀ ਸਰ ਆ ਗਈਆਂ। ਅੱਛਾ ਦੋਨੇ ਟੀਮਾਂ ਆ ਗਈਆਂ, ਇੰਟਰੋਡਕਸ਼ਨ ਕਰਵਾਉਣੀ ਬਾਈ ਸਤਨਾਮ ਤੋਂ ਬੋਲਦੇ ਤੁਸੀਂ ਨਾਮ ਸਾਰੇ ਸੱਜਣਾਂ ਦੇ। ਮੈਂ ਹੈਲੋ ਆ ਨਿਰਮਲ ਸਿੰਘ ਕਲੇਰ ਨੂੰ ਬੇਨਤੀ ਹੈ ਕਿ ਇਹਦੇ ਸਟੇਜ ਤੇ ਲਾਲ ਜੀ ਇੱਕ ਗਰੁੱਪ ਫੋਟੋ ਜਿਹੜਾ ਖਿੱਚਿਆ ਜਾਵੇਗਾ। ਅਸੀਂ ਬਹੁਤ ਹੀ ਧੰਨਵਾਦੀ ਹਾਂ ਇਸ ਖੇਡ ਮੇਲੇ ਦੀ ਤਰਫੋਂ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਜੀ ਗੁਲਸ਼ਨ, ਸਾਡੇ ਪ੍ਰਧਾਨ ਸਾਹਿਬ ਐਨ ਜੀ ਓ ਵਾਲੇ ਉਹ ਵੀ ਪਹੁੰਚੇ ਹੋਏ ਨੇ, ਜੀਤ ਸਿੰਘ ਜੀ ਕੰਗ ਸਾਹਿਬ, ਸਰਦਾਰ ਥਾਣਾ ਸਿੰਘ ਜੀ ਐਨ ਆਰ ਆਈ, ਸਰਦਾਰ ਜਗਰਾਜ ਸਿੰਘ ਜੀ ਨੰਬਰਦਾਰ, ਸਰਦਾਰ ਬਾਬਾ ਸਿੰਘ ਜੀ, ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਹਾਂ। ਨਾਲ ਰਸਪਾਲ ਸਿੰਘ ਜੀ ਸਾਡਾ ਵੀਰ, ਔਰ ਨਾਲ ਹੀ ਸਾਡੇ ਪ੍ਰਧਾਨ ਨਿਰਮਲ ਸਿੰਘ ਜੀ ਕਲੇਰ ਸਾਹਿਬ। ਇਹ ਸਮੁੱਚੀ ਇਹ ਫਾਈਨਲ ਮੈਚ ਹੈ ਜੀ ਜਿਹੜਾ ਆਪਾਂ ਕਬੱਡੀ 62 ਕਿਲੋ ਦਾ ਸ਼ੁਰੂ ਕਰਵਾਉਣ ਜਾ ਰਹੇ ਹਾਂ। ਇਹ ਪਿੰਡ ਸਾਫੂ ਵਾਲਾ ਤੇ ਭਿੰਡਰ ਇਹਨਾਂ ਟੀਮਾਂ ਦਾ ਇਹ ਮੈਚ ਤੁਹਾਨੂੰ ਦੇਖਣ ਨੂੰ ਮਿਲੇਗਾ। ਸਾਫੂ ਵਾਲਾ ਤੇ ਭਿੰਡਰ
ਬਹੁਤ ਹੀ ਵਧੀਆ ਬੈਚ ਤੁਹਾਨੂੰ ਦੇਖਣ ਨੂੰ ਮਿਲੇਗਾ। ਇੱਧਰ ਆ ਜਾਓ, ਸੋਹਣਾ ਬੈਚ। ਲਾਲ ਜੀ ਬਹੁਤ ਹੀ ਧੰਨਵਾਦ ਹੈ, ਬਹੁਤ ਹੀ ਧੰਨਵਾਦ ਹੈ ਸਮੁੱਚੀ ਆਰਗਨਾਈਜ਼ਰ ਦਾ, ਨਾਲ ਸਾਡੇ ਵੀ ਇਕਬਾਲ ਖੁਸਾ ਜੀ, ਔਰ ਪ੍ਰਧਾਨ ਨਿਰਮਲ ਸਿੰਘ ਜੀ, ਕਲੇਰ ਸਾਹਿਬ, ਸਰਪੰਚ ਸਰਦਾਰ ਸੁਖਮੰਦਰ ਸਿੰਘ ਜੀ ਦਾ, ਔਰ ਸਰਦਾਰ ਥਾਣਾ ਸਿੰਘ ਜੀ NRI, ਉਹਨਾਂ ਦੀ ਪੂਰੀ NRI ਟੀਮ ਦਾ ਬਹੁਤ ਬਹੁਤ ਧੰਨਵਾਦ। ਬੀਬੀ ਪਰਮਜੀਤ ਕੌਰ ਜੀ ਗੁਲਸ਼ਨ, ਮੌਜੂਦਾ MP, ਉਹਨਾਂ ਦਾ ਇੱਥੇ ਪਹੁੰਚਣ ਤੇ GIM ਨੂੰ ਵੈਲਕਮ, ਸਲਾਮੇ ਮੁਹੱਬਤ। ਲਾ ਜੀ ਮੁਕਾਬਲਾ ਸ਼ੁਰੂ ਕਰਵਾਇਆ ਜਾਵੇ ਜੀ। ਜਿੰਨੇ ਵੀ ਵੀਰ ਬਾਈ ਜੀ ਨੈੱਟ ਤੇ ਜੁੜੇ ਨੇ, ਮੈਂ ਪਹਿਲਾਂ ਵੀ ਦੱਸ ਚੁੱਕਾ ਹੈ ਵੀ ਅਗਲੇ ਸਾਲ ਦਾ ਜਿਹੜਾ ਕੋਈ ਨਾਮ ਆਪਾਂ ਦੇਣਾ ਹੈ, ਕਿਰਪਾ ਕਰਕੇ ਬੋਲੋ ਯਾਰ, ਕਿ ਨੈੱਟ ਤੇ ਬੈਠੇ ਇੱਕ ਦੂਜੇ ਦੇ ਨਾਲ ਵੱਜੀ ਜਾਂਦੇ ਹਾਂ ਵੀ ਤੂੰ ਗੋਲ ਭਾਨਿਆ, ਤੂੰ ਗੋਲ ਗਾਨਿਆ। ਸੋ ਬੇਨਤੀ ਹੈ ਕਿ ਤੁਹਾਡੇ NRI ਵੀਰਾਂ ਦੇ ਸਹਿਯੋਗ ਦੇ ਨਾਲ ਖੇਡ ਮੇਲਾ ਚੱਲਦਾ ਹੈ, ਸੋ ਕੋਈ ਐਸਾ ਸ਼ਖਸ ਉੱਠੇ ਜਿਹੜਾ ਪਹਿਲਾ ਇਨਾਮ ਜਿਹੜਾ ਅਲਾਸ ਕਰਵਾਵੇਗਾ ਅਗਲੇ ਸਾਲ ਦਾ, ਚਾਹੇ ਉਹ 10,000 ਹੋਵੇ, ਚਾਹੇ 11,000, ਚਾਹੇ 21,000, ਔਰ ਚਾਹੇ ਵਿਸ਼ੇਸ਼ ਸਹਿਯੋਗ ਹੋਵੇ, ਚਾਹੇ ਕੋਈ ਇੰਟਰਨੈਟ ਦਾ ਖਰਚਾ ਕਰਨਾ ਚਾਹੁੰਦਾ ਹੋਵੇ, ਉਹਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਵੇਗਾ ਜਿੰਨੇ ਵੀ NRI ਵੀਰ ਬੈਠੇ ਨੇ। ਹੈਲੋ ਹੈਲੋ ਨਾਲ ਹੀ ਅਗਲੇ ਮੈਚਾਂ ਦੀ ਗੱਲ ਮੇਰਾ ਛੋਟਾ ਵੀਰ ਅਮਰੀਕ ਕਰੇਗਾ, ਮੁਖਤਿਆਰ ਸਿੰਘ ਜੀ ਗਿੱਲ ਸਾਹਿਬ ਕੜਿਆਲ ਵਾਲੇ ਵੀ ਪਹੁੰਚੇ ਨੇ। ਹਰ ਇੱਕ ਵਾਰੀ ਮੈਂ ਫਿਰ ਧੰਨਵਾਦ ਕਰਦਾ ਗੁਰਜੰਟ ਸਿੰਘ ਜੀ, ਜੰਟਾ UK ਖੇਡ ਪ੍ਰਮੋਟਰ, ਕਬੱਡੀ ਕਲੱਬ ਵਾਲੇ, ਬਹੁਤ ਬਹੁਤ ਧੰਨਵਾਦ। ਲਾਡੀ UK ਤੋਂ ਸਾਡਾ ਵੀ ਨੈੱਟ ਤੇ ਜੁੜਿਆ ਹੋਇਆ ਹੈ, ਜਿਹਨਾਂ ਨੇ ਅਵਤਾਰ ਹਾਂਗਕਾਂਗ ਜੰਟਾ UK 22 ਤਰੀਕ ਨੂੰ ਵੋਲਟ ਦੇ ਨਾਲ ਦਾਸ ਦਾ ਮਾਣ ਕੀਤਾ। ਨਾਲ ਹੀ ਕੇਵਲ ਸਾਡਾ ਵੀਰ ਭਗਤੇ ਵਾਲਾ, ਉਹਨਾਂ ਦਾ ਵੀ ਧੰਨਵਾਦ ਹੈ। ਕੇਵਲ ਪੂਈਆਂ ਵਾਲੇ ਵਾਲਾ, ਇਸ਼ਪਾਲ ਸ਼ੀਰਾ ਸ਼ਮੀ ਪੂਰੀ UK ਤੋਂ ਸਾਰਿਆਂ ਦਾ ਧੰਨਵਾਦ, ਚਾਹੇ ਕੈਨੇਡਾ, ਆਸਟ੍ਰੇਲੀਆ, ਮਨੀਲਾ, ਇਟਲੀ, ਦੁਬਈ ਬੈਠੇ ਨੇ, ਬਹੁਤ ਬਹੁਤ ਮਿਹਰਬਾਨੀ। ਅਗਲੀ ਗੱਲ ਸਾਡਾ ਵੀਰ ਅਮਰੀਕ ਖੁਸਾ, ਜੰਟਾ ਤੋਂ ਲੈ ਕੇ ਵਿਸ਼ੇਸ਼ ਤੌਰ ਤੇ ਪਹੁੰਚੇ, ਧੰਨਵਾਦ ਹੈ। ਫਰੀਦਾ ਖਾਕ ਦੀਏ ਖਾਕ ਜੇਠ ਤੱਕ ਹੋਏ, ਜੀਵਨ ਦੀਆਂ ਪੈਰਾਂ ਥੱਲੇ ਔਰ ਮਰਿਆ ਉੱਪਰ ਹੋਏ, ਇਹ ਮਿੱਤਰ ਰਗਲਾ ਪੰਜਾਬ ਮੇਰਾ, ਪੈਦਾ ਹੁੰਦੇ ਨੇ ਸੂਰਮੇ ਸ਼ਹੀਦ ਜਿੱਥੇ, ਸਰਬੰਸ ਵਾਰ ਕੇ ਰੱਬ ਨੂੰ ਹਾਲ ਦੱਸੇ, ਸੌਂਗੇ ਕੰਡਿਆ ਉੱਤੇ ਮੁਰੀਦ ਜਿੱਥੇ, ਵੱਡੇ ਵੱਡੇ ਧਾੜਵੀਆਂ ਦੇ ਜਿੱਥੋਂ ਦੇ ਮੂੰਹ ਮੁੜ ਗਏ, ਮਹਿਕ ਸੁੱਕ ਕੇ ਜਿੱਥੋਂ ਗੁਲਾਬ ਦੀ ਜੀ, ਜਿੱਥੋਂ ਦੇ ਲੋਕ ਅਣਖ ਲਈ ਮਰ ਮਿਟ ਗਏ, ਕੌਡੀ ਖੇੜੇ ਉਸ ਪੰਜਾਬ ਦੀ ਜੀ, ਜਿੱਥੋਂ ਦੇ ਲੋਕ ਅਣਖ ਲਈ ਮਰ ਮਿਟ ਗਏ, ਕੌਡੀ ਖੇੜੇ ਉਸ ਪੰਜਾਬ ਦੀ ਜੀ। ਰੰਗਲੇ ਪੰਜਾਬ ਦੀ ਰੰਗਲੀ ਖੇਡ ਖੇਡੀ ਜਾ ਰਹੀ ਹੈ, ਵੱਡਾ ਹਜੂ ਮੈਂ ਦਰਸ਼ਕ ਦਾ, ਵੱਡਾ ਇਕੱਠ ਦਰਸ਼ਕ ਵੀਰਾਂ ਦਾ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਔਰ 11ਵਾਂ ਜਿਹੜਾ ਸ਼ਾਨਦਾਰ ਕਬੱਡੀ ਕੱਪ ਤੁਸੀਂ ਤੱਕਣ ਜਾ ਰਹੇ ਹੋ, ਔਰ ਅੱਜ ਦਾ ਤੀਜਾ ਦਿਨ ਜਿਹੜਾ ਲਾਸਟ ਦਿਨ ਹੈ, ਔਰ ਜਿਸ ਪਹਿਲੇ ਦਿਨ 2 ਦਿਨ ਤੁਸੀਂ 43 ਕਿਲੋ, 57 ਕਿਲੋ, 62 ਕਿਲੋ, 70 ਕਿਲੋ ਵਰਗ ਦੇ ਮੁਕਾਬਲੇ ਤੱਕੇ ਨੇ, ਦੇਖੇ ਨੇ, ਮਾਣੇ ਨੇ, ਉੱਥੇ ਅੱਜ ਤੀਜਾ ਦਿਨ ਇਸ ਮਾਂ ਖੇਡ ਕਬੱਡੀ ਦਾ, ਔਰ ਮੈਚ ਜਿਹੜੇ ਬੜੇ ਵਧੀਆ ਗਰਾਊਂਡ ਦੇ ਵਿੱਚ ਖੇਡੇ ਜਾ ਰਹੇ। ਓਪਨ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਹਾਂ, ਇੱਕ ਪਿੰਡ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ, ਨਾਲ ਹੀ ਮੈਨੇਜਮੈਂਟ ਕਮੇਟੀ ਸਾਡੇ ਸਤਿਕਾਰਯੋਗ ਕਲੇਰ ਸਾਹਿਬ ਆਪਣੇ ਮਿੱਤਰਾਂ ਦੇ ਨਾਲ ਆਪ ਸਭ ਨੂੰ GI ਆਖ ਰਹੇ ਹੈ, ਔਰ ਇੱਥੇ ਪੁੱਜਣ ਤੇ ਧੰਨਵਾਦ ਗ੍ਰਾਮ ਪੰਚਾਇਤ ਮੂਸਾ ਕੋਟਲਾ ਵੱਲੋਂ, NRI ਵੀਰਾਂ ਵੱਲੋਂ, ਜਿੰਨੀਆਂ ਵੀ ਸਾਡੇ ਇਲਾਕੇ ਦੀਆਂ ਸਨਮਾਨਯੋਗ ਸ਼ਖਸੀਅਤਾਂ ਨੇ, ਆਪਾਂ ਸਾਰਿਆਂ ਦੇ ਇੱਥੇ ਪੁੱਜਣ ਤੇ ਧੰਨਵਾਦ ਕਰਦੇ ਹਾਂ। ਔਰ ਅੱਜ ਦੇ ਮੁੱਖ ਮਹਿਮਾਨ ਬੀਬੀ ਪਰਮਜੀਤ ਕੌਰ ਜੀ ਗੁਲਸ਼ਨ,
ਵੱਡਾ ਨਾਮ ਸਿਆਸਤ ਦਰਵੇਸ਼ ਸਿਆਸਤਦਾਨ ਪੰਜਾਬ ਦੇ ਗਤੀਸ਼ੀਲ ਵਾਤਾਵਰਨ ਦੇ ਰਹਿਨੁਮਾ ਇੱਥੇ ਪੁੱਜੇ ਹੋਏ ਨੇ ਇੱਥੇ ਪੁੱਜਣ ਤੇ ਆਪਾਂ ਜੀਆ ਆਖਦੇ ਹਾਂ ਔਰ ਵੱਡੀ ਮੁਬਾਰਕਬਾਦ ਦਿੰਦੇ ਹਾਂ ਸਾਰੇ ਨਗਰ ਖੁੱਸਾ ਕੋਟਲਾ ਨੂੰ ਹੁਣ ਗੱਲ ਕਰਦੇ ਹਾਂ ਕਬੱਡੀ ਦੀ ਗੱਲ ਕਰੀਏ ਵਰਤਮਾਨ ਦੀ ਗੱਲ ਕਰੀਏ ਚੱਲਦੇ ਹੋਏ ਸਮੇਂ ਦੀ ਸੰਦੀਪ ਭਿੰਡਰਾਂ ਵਾਲਾ ਬੜੇ ਵਧੀਆ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਨਾਲ ਹੀ ਜਿੰਨੇ ਵੀ ਸਾਡੇ ਵੀਰ ਪੰਜਾਬ ਲਾਈਵ ਦੇ ਜ਼ਰੀਏ ਵਿਦੇਸ਼ਾਂ ਦੇ ਵਿੱਚ ਜੁੜੇ ਹੋਏ ਨੇ ਇਸ ਕਬੱਡੀ ਕੱਪ ਦੇ ਨਾਲ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡਾ ਸਤਿਕਾਰਯੋਗ ਵੀਰ ਪ੍ਰਦੀਪ ਸਿੰਘ ਖੂਸਾਪੁਰ ਦੁਬਈ ਤੋਂ ਜੋ ਇੰਟਰਨੈਟ ਦੇ ਜ਼ਰੀਏ ਇਸ ਕਬੱਡੀ ਕੱਪ ਦੇ ਨਾਲ ਜੁੜਿਆ ਹੋਇਆ ਹੈ ਨਾਲ ਸਾਡੇ ਸਵਰਗਵਾਸੀ ਰਾਜਪ੍ਰੀਤ ਰਾਜਾ ਕਲੇਰ ਉਹਨਾਂ ਦੇ ਪਰਿਵਾਰ ਦੇ ਜੋ ਮੈਂਬਰ ਹੈ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਕਬੱਡੀ ਕੱਪ ਦੇ ਨਾਲ ਜੁੜੇ ਹੋਏ ਨੇ ਆਪਾਂ ਧੰਨਵਾਦ ਕਰਦੇ ਸਾਡੇ ਮੈਨੇਜਰ ਸਾਹਿਬ ਰਾਜ ਦੇ ਫਾਦਰ ਸਾਹਿਬ ਵਿਦੇਸ਼ਾਂ ਦੇ ਵਿੱਚ ਬੈਠੇ ਹੈ ਔਰ ਨਾਲ ਜਿਹੜੀਆਂ ਓਪਨ ਦੀਆਂ ਤਾਈਆਂ ਕੱਢੀਆਂ ਨੇ ਸਾਡੇ ਵੀਰਾਂ ਦੇ ਓਪਨ ਦਾ ਪਹਿਲਾ ਮੈਚ ਜਨੇਰ ਤੇ ਧਰਮਕੋਟ ਦਾ ਖੇਡਿਆ ਜਾਣਾ ਹੈ ਪਹਿਲਾ ਮੈਚ ਜਨੇਰ ਤੇ ਧਰਮਕੋਟ ਦੱਦਾ ਹੂਰ ਤੇ ਬਾਬਾ ਖੁਸ਼ਹਾਲ ਕਲੱਬ ਚੜੈਕ ਰੱਜੀ ਵਾਲਾ ਤੇ ਜੋਗੇ ਵਾਲਾ ਹਰ ਗੋਬਿੰਦ ਕਲੱਬ ਡਰੋਈ ਤੇ ਬੋਰੇ ਵਾਲਾ ਕਲੱਬ ਜੋਗੇ ਵਾਲਾ ਹਲੋ ਬਣਾਉਣਾ ਹਲੋ ਨਾਲ ਹੀ ਆਪਾਂ ਧੰਨਵਾਦ ਕਰਦੇ ਹਾਂ ਜੋ ਸਾਡੇ ਇਲਾਕੇ ਦੀਆਂ ਪੇਂਡੂ ਕਲੱਬਾਂ ਉਹਨਾਂ ਦੇ ਪ੍ਰਧਾਨ ਸਾਡੇ ਵੀਰ ਸਿਮਰਜੀਤ ਸਿੰਘ ਜੀ ਸਿਮਰਾ ਜੰਗ ਬੈਂਸ ਹੋਣੀ ਆਪਣੇ ਮਿੱਤਰਾਂ ਦੇ ਨਾਲ ਬਾਈ ਜੱਗੇ ਹੋਣੀ ਪੁੱਜੇ ਹੋਏ ਦਲਜੀਤ ਬੱਬੂ ਹੋਣੀ ਔਰ 500 ਰੁਪਈਆ ਜਿਹੜੀ ਮਾਈਕ ਸਹਿਬਾ ਵੀ ਦਿੰਦੇ ਆਪਣੇ ਕਲੱਬ ਨੂੰ ਨਾਲ ਹੀ ਆਪਾਂ ਧੰਨਵਾਦ ਕਰਦੇ ਸਾਡੇ ਸਿਮਰਜੀਤ ਸਿੰਘ ਜੀ ਸਿਮਰਾ ਪ੍ਰਧਾਨ ਹੈ ਸਾਡਾ ਵੀਰ ਸਿੰਘਪੁਰਾ ਮੁੰਨਣ ਦੀ ਧਰਤੀ ਤੇ ਕਬੱਡੀ ਕੱਪ ਵੀ ਬੜਾ ਵਧੀਆ ਹੋਇਆ ਔਰ ਉਸ ਕਲੱਬ ਦਾ ਪ੍ਰਧਾਨ ਆਪਣੇ ਮਿੱਤਰਾਂ ਦੇ ਨਾਲ ਸਾਡੇ ਸਤਿਕਾਰਯੋਗ ਜੰਗ ਸਿੰਘ ਜੀ ਬੈਂਸ ਬਾਈ ਜੱਗੇ ਹੋਣੀ ਦਲਜੀਤ ਬੱਬੂ ਹੋਣੀ ਆਪਣੇ ਮਿੱਤਰਾਂ ਦੇ ਨਾਲ ਪੁੱਜੇ ਹੋਏ ਹੈ ਧੰਨਵਾਦ ਵੀ ਕਰਦੇ ਔਰ 500 ਰੁਪਇਆ ਭੇਜਦੇ ਆ ਮਾਈਕ ਸਹਿਬਾ ਸਪੋਰਟਸ ਕਲੱਬ ਦੇ ਲਈ ਸ਼ਹੀਦ ਗੁਰਦਾਸ਼ਨ ਸਿੰਘ ਸਪੋਰਟਸ ਕਲੱਬ ਦੇ ਲਈ ਬੜੇ ਮਾਣ ਸਨਮਾਨ ਭੇਜਦੇ ਹੈ ਔਰ ਜਿੰਨੇ ਹੋਰ ਵੀ ਸਾਡੇ ਇਲਾਕੇ ਦੀਆਂ ਨਾਲ ਹੀ ਜਿੰਨੀਆਂ ਵੀ ਹੋਰ ਸਾਡੇ ਇਲਾਕੇ ਦੀਆਂ ਪੇਂਡੂ ਕਲੱਬਾਂ ਉਹਨਾਂ ਦੇ ਪ੍ਰਧਾਨ ਪੁੱਜੇ ਹੋਏ ਆ ਗ੍ਰਾਮ ਪੰਚਾਇਤਾਂ ਪੁੱਜੀਆਂ ਹੋਈਆਂ ਨੇ ਨੰਬਰਦਾਰ ਜੈਲਦਾਰ ਸਾਰੇ ਜਿੰਨੇ ਵੀ ਵੀਰ ਪੁੱਜੇ ਹੋਏ ਆ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਇੱਥੇ ਆਉਣ ਤੇ ਔਰ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਓਪਨ ਦੇ ਵਿੱਚ ਪਹਿਲਾਂ ਆਵੇਗਾ ਉਹਦੀ ਪਹਿਲੀ ਕਬੱਡੀ ਹੋਣੀ ਹੈ ਪਹਿਲਾ ਮੈਚ ਜਨੇਰ ਤੇ ਧਰਮਕੋਟ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ ਹੈ ਜਿਹੜਾ ਪਹਿਲਾਂ ਆ ਗਿਆ ਉਹਦੀ ਪਹਿਲੀ ਕਬੱਡੀ ਹੋਣੀ ਹੈ ਟੀਮਾਂ ਧਿਆਨ ਦੇਣ ਜਨੇਰ ਤੇ ਧਰਮਕੋਟ ਇਹਨਾਂ ਦੋਨੇ ਟੀਮਾਂ ਦੇ ਵਿੱਚੋਂ ਜਿਹੜਾ ਪਹਿਲਾਂ ਆਵੇਗਾ ਉਹਦੀ ਪਹਿਲੀ ਕਬੱਡੀ ਪਹਿਲੇ ਮੈਚ ਜਿਹੜਾ ਪਹਿਲਾਂ ਆਵੇਗਾ ਉਹਦੀ ਪਹਿਲੀ ਕਬੱਡੀ ਹੈ ਇਹ ਆਪਾਂ ਧੰਨਵਾਦ ਕਰਦੇ ਹਾਂ ਜਿਹਨਾਂ ਸਾਡੇ ਵੀਰਾਂ ਨੇ ਮਾਨ ਸਨਮਾਨ ਭੇਜੇ ਹੈ ਧਰਮਕੋਟ ਤੇ ਜਨੇਰ ਬਾਕੀ ਟੀਮਾਂ ਦੀ ਜਿਹੜੀ ਟੌਸ ਹੀ ਹੋਣੀ ਆ ਉਹ ਟੀਮਾਂ ਬਾਹਰ ਵਾਹਵਾ ਹੋ ਜਾਣ ਜਦੋਂ ਆਵਾਜ਼ ਦੇਵਾਂਗੇ ਤੁਰੰਤ ਗਰਾਊਂਡ ਦੇ ਵਿੱਚ ਆ ਜਾਣ ਨਾਲ ਹੀ ਕਿਸੇ ਟੀਮ ਦਾ ਜਿਹੜਾ ਕੋਈ ਇੰਤਜ਼ਾਮ ਕੀਤਾ ਜਾਵੇਗਾ ਟੀਮਾਂ ਸਕਰੈਚ ਹੋਣਗੀਆਂ ਜੇ ਲੇਟ ਹੋਣਗੀਆਂ ਟੀਮਾਂ ਤੇ ਤੁਸੀਂ ਆਪ ਜ਼ਿੰਮੇਵਾਰ ਹੋ
ਨਾਲ ਹੀ ਸਾਡੇ ਵੀਰ ਹਰਜੀਤ ਹੋਣੀ ਗੁਰਜੀਤ ਰੇਸ਼ਮ ਕੈਨੇਡਾ ਪੈਰੀ ਤੂਰ ਕੈਨੇਡਾ ਤੋਂ ਜਿਹੜੇ ਇੰਟਰਨੈਟ ਦੇ ਜ਼ਰੀਏ ਜੁੜੇ ਹੋਏ ਨੇ ਸਾਡੀ ਜ਼ਿੰਦਗੀ ਦਾ ਸਤਿਕਾਰਯੋਗ ਵੀਰ ਹੈ ਸਤਨਾਮ ਕਲੇਰ ਆਪਣੇ ਮਿੱਤਰਾਂ ਦੇ ਨਾਲ ਉਹ ਵੀ ਕੈਨੇਡਾ ਦੇ ਵਿੱਚ ਬੈਠੇ ਹੋਏ ਮੈਚਾਂ ਦਾ ਆਨੰਦ ਮਾਣ ਰਿਹਾ ਹੈ ਧੰਨਵਾਦ ਕਰਦੇ ਹਾਂ ਰੇਸ਼ਮ ਸਿੰਘ ਜੀ ਕੈਨੇਡਾ ਸਰਦਾਰ ਖਾਣਾ ਸਿੰਘ ਜੀ ਸਾਬਕਾ ਸਰਪੰਚ ਹੋਣ ਦੇ ਲਫਤੇ ਜਿਗਰ ਸਰਦਾਰ ਰੇਸ਼ਮ ਸਿੰਘ ਜੀ ਕੈਨੇਡਾ ਕਰਨਪਾਲ ਸਿੰਘ ਖੋਸਾ ਜਿਹੜੇ ਤੇ ਇਤਰਾਜ ਹੈ ਔਗੜਾਂ ਦੀ ਟੀਮ ਦਾ ਗਿਆਨੀ ਉਹ ਆ ਕੇ ਸਾਡੇ ਪ੍ਰਬੰਧਕਾਂ ਨੂੰ ਮਿਲੇ ਔਰ ਹੈਲੋ ਭਿੰਡਰ ਆ ਰੈਫਰੀ ਸਾਹਿਬਾਨ ਨੂੰ ਬੇਨਤੀ ਆ ਕਿ ਇਹ ਮੈਚ ਸਮਾਪਤ ਹੋ ਗਿਆ ਅਨਾਊਂਸ ਕਰ ਦਿਓ ਵੀ ਕਿਹੜੀ ਟੀਮ ਜਿੱਤੀ ਹੈ ਭਿੰਡਰਾਂ ਦੀ ਟੀਮ ਫਸਟ ਸਾਪੂ ਵਾਲਾ ਸੈਕਿੰਡ ਦੋਨੇ ਟੀਮਾਂ ਨੂੰ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਭਿੰਡਰ ਫਸਟ ਸਾਪੂ ਵਾਲਾ ਸੈਕਿੰਡ ਦੋਨੇ ਟੀਮਾਂ ਨੂੰ ਵੱਡੀ ਮੁਬਾਰਕਬਾਦ ਹੈ ਔਰ ਜਦੋਂ ਸਾਡੇ ਪ੍ਰਧਾਨ ਸਾਹਿਬ ਸਾਡੇ ਜਿਹੜੇ ਵੀਰ ਆ ਉਹ ਤੁਹਾਨੂੰ ਦੱਸਣਗੇ ਵੀ ਕਰੋ ਤੁਹਾਨੂੰ ਇਨਾਮ ਦੇਣੇ ਹੈ ਕਿਉਂਕਿ ਸਾਡੇ ਸਤਿਕਾਰਯੋਗ ਜੀ ਪਰਮਜੀਤ ਕੌਰ ਜੀ ਗੁਲਸ਼ਨ ਵਿਸ਼ੇਸ਼ ਤੌਰ ਤੇ ਪੁੱਜ ਗਏ ਨੇ ਸੰਤ ਬਾਬਾ ਇੰਦਰ ਸਿੰਘ ਜੀ ਤੇ ਸੰਤ ਬਾਬਾ ਰਾਮ ਸਿੰਘ ਜੀ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਸੰਤ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਇਸ ਚੱਲ ਰਹੇ ਟੂਰਨਾਮੈਂਟ ਦੇ ਵਿੱਚ 1962 ਦੇ ਸ਼ਹੀਦ ਗੁਰਦਰਸ਼ਨ ਸਿੰਘ ਫੌਜੀ ਨੂੰ ਸਮਰਪਿਤ ਸਾਡੇ ਅੱਜ ਟੂਰਨਾਮੈਂਟ ਦੇ ਅਖੀਰਲੇ ਦਿਨ ਵਿੱਚ ਸਾਡੇ ਮੁੱਖ ਮਹਿਮਾਨ ਸਾਡੇ ਇਸ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਹੈਲੋ ਬੀਬੀ ਪਰਮਜੀਤ ਕੌਰ ਜੀ ਗੁਲਸ਼ਨ ਉਹਨਾਂ ਦੇ ਨਾਲ ਆਏ ਹੋਏ ਸਰਦਾਰ ਬਲਜੀਤ ਸਿੰਘ ਜੀ ਕੰਗ ਸਾਡੇ